ਘੋੜੀ ਦੇ ਉੱਤੇ ਇੱਦਾਂ ਗਲੀ 'ਚ ਗਲੀਆਂ 'ਚ ਫੇਰਾ ਦੇਣਾ ਵੀ ਕੋਈ ਇਹਨਾਂ ਨੂੰ ਮਾਰ ਨਾ ਦੇਵੇ। ਰੋਟੀ 3 ਮਹੀਨੇ ਜ਼ਿਲ੍ਹੇਦਾਰ ਦੇ ਘਰਾਂ ਦੀ ਰਹੀ। ਵਾਹ ਜੀ ਵਾਹ। ਉਹਨੇ ਖਾ ਕੇ ਹਰਾਮ ਨਹੀਂ ਕਰਨਾ ਜ਼ਿਲ੍ਹੇਦਾਰ ਦੇ ਘਰਾਂ ਦੀ। ਮੇਰੀਆਂ ਭੈਣਾਂ ਇੱਥੇ ਬੜੀਆਂ ਸੀ, ਮੁਟਿਆਰਾਂ ਸੀ, ਧੀਆਂ ਲੋਕਾਂ ਨੇ ਧੀਆਂ ਵਾਂਗੂ ਸਮਝੀਆਂ। ਸਰਦਾਰਾਂ ਦਾਈ ਰਹਿ ਗਏ ਸੀ, ਪੀਰਾਂ ਪੇਂਜਾ ਰਹਿ ਗਿਆ ਸਾ, ਉਮਰਦੀਨ ਰਹਿ ਗਿਆ ਸਾ, ਘੋੜਕੂ ਰਾਈ ਰਹਿ ਗਿਆ ਸਾ, ਉਹਦਾ ਬੂਟਾ ਸੀ ਮੁੰਡਾ ਉਹਦਾ ਟੱਬਰ ਰਹਿ ਗਿਆ ਸਾ, ਪਖੀਰੀਆ ਰਾਈ ਰਹਿ ਗਿਆ ਸਾ। ਮੈਂ ਅੱਜ ਪਹੁੰਚਿਆ ਦੁਆਬੇ ਦੇ ਹੁਸ਼ਿਆਰਪੁਰ ਦੇ ਮਸ਼ਹੂਰ ਪਿੰਡ ਮਾਲਪੁਰ ਵਿੱਚ। ਮਾਲਪੁਰ ਜਿਹੜਾ ਕਿ ਪੂਰੇ ਭਾਰਤ ਵਿੱਚ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ। ਇੱਥੇ ਮੈਂ ਮਿਲਣ ਆਇਆ ਇੱਕ ਬਜ਼ੁਰਗਾਂ ਨੂੰ ਅਤੇ ਜਿਨ੍ਹਾਂ ਨੇ 1947 ਦੀ ਪੰਜਾਬ ਦੀ ਵੰਡ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ, ਪਿੰਡੇ ਹੰਡਾਇਆ ਅਤੇ ਕਰਦੀਆਂ ਇਹਨਾਂ ਨਾਲ ਗੱਲਬਾਤ। ਬਾਬਾ ਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਬਸ਼ੀਰ ਮੁਹੰਮਦ ਆ ਜੀ। ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ ਜੀ? ਉਹ ਨਾਮ ਫਤਿਹਦੀਨ ਸਾਹ ਜੀ। ਤੁਸੀਂ ਜੱਦੀ ਪੁਸ਼ਤੀ ਮਾਲਪੁਰ? ਜੱਦੀ ਮਾਲਪੁਸ਼ਤੀ ਪਿਆ ਜੀ, ਜੱਦੀ ਮਾਲਪੁਰ ਦੇ ਜਾਣੀ। ਇਹ ਸਾਡਾ ਖਾਨਦਾਨੀ, ਇਹ ਪੀਰਾਂ ਦਾ ਮੁਕਾਮ ਆ। ਕਿ ਤੁਹਾਡਾ ਘਰ ਇੱਥੇ ਸੀ 47 ਤੋਂ ਪਹਿਲਾਂ ਵੀ? 47 ਦੇ ਪਹਿਲਾਂ ਸਾਡੀ ਜਿਹੜੀ ਜੱਦੀ ਪੋਸੀ ਜਿਹੜੀ, ਮੈਂ 30 ਪੀੜ੍ਹੀ 'ਚ ਆ ਗਿਆ ਇੱਥੇ, ਸਮਝ ਲਓ। ਵਾਹ ਜੀ ਵਾਹ, ਵਾਹ ਜੀ ਵਾਹ। ਸਾਡੀ ਜਿਹੜੀ ਸਾਡੀ ਮਾਈ ਸੀ ਜੀ ਜੀ, ਉਹਨੂੰ ਸਾਡਾ ਬਾਪ ਰੌਲਿਆਂ 'ਤੇ ਪਹਿਲਾਂ ਵਿਆਹ ਕੇ ਲਿਆਇਆ ਸਾ ਜ਼ਿਲ੍ਹਾ ਸਰਗੋਧੇ ਦੇ ਵਿੱਚ, ਨਹਿਰ ਜਨੂਬੀ ਡਾਕਖਾਨਾ ਸਿਲਾਂ ਵਾਲੀ ਸੀਗਾ। ਸਿਲਿਆਂ ਵਾਲੀ? ਹਾਂਜੀ ਠੀਕ। ਡਾਕਖਾਨਾ ਸਿਲਾਂ ਵਾਲੀ ਨਹਿਰ ਜਨੂਬੀ ਜ਼ਿਲ੍ਹਾ ਸਰਗੋਧੇ 'ਚ ਮੇਰਾ ਬਾਪ ਮੇਰੀ ਮਾਈ ਨੂੰ ਵਿਆਹ ਕੇ ਲਿਆਇਆ ਸਾ। ਤੁਹਾਡੇ ਨਾਨਕੇ ਗਏ ਤਾਂ ਇੱਧਰੋਂ ਹੀ ਹੋਣੇ ਆ? ਉਹ ਸਾਡਾ ਨਾਨਾ ਜੀ ਪਹਿਲਾਂ ਤਾਂ ਹੀ ਰੌਣੇ 'ਤੇ ਪਹਿਲਾਂ ਬੇਗੋਂਪੁਰ ਤੋਂ ਚੱਲ ਕੇ, ਸਾਹਿਬ ਸਰਾਏ ਕੋਲ ਬੇਗੋਂਪੁਰ, ਹਾਂਜੀ ਹੈਗਾ, ਬੇਗੋਂਪੁਰ ਤੋਂ ਚੱਲ ਕੇ ਸਾਡੇ ਨਾਨੇ ਨੇ ਜ਼ਮੀਨ ਉੱਥੇ ਲਈ ਸੀ, ਉੱਥੇ ਰਹਿੰਦਾ ਸਾ। ਫਿਰ ਸਾਡੀ ਛੋਟੀ ਮਾਸੀ ਵਿਆਹੀ, ਉਹ ਘੁਮਾਉਰ ਵਿਆਹੀ ਸੀ, ਉਹ ਵੀ ਸਾਡਾ ਮਾਸੜ ਅਲੀਆ ਉੱਥੇ ਵਿਆਹ ਕੇ ਲਿਆਇਆ ਸਾ। ਵਾਹ ਜੀ ਵਾਹ। ਗੁਲਾਮ ਜੀ ਇਹ ਜਿਹੜਾ ਬੇਗਮਪੁਰ ਪਿੰਡ ਆ, ਇਹ ਮੁਸਲਮਾਨ ਰਾਜਪੂਤਾਂ ਦਾ ਤਗੜਾ ਪਿੰਡ ਸੀ, ਇੱਥੇ ਦੇ ਜਾਜੂ 'ਚ ਵੀ ਬਣੇ ਆ ਬਾਅਦ 'ਚ। ਹਾਂਜੀ, ਬੇਗਮਪੁਰ ਸਾਬਾ ਸਰੋਆ 1947 ਦੇ ਰੌਲਿਆਂ 'ਚ ਵਿੱਚ 8 ਦਿਨ ਸਰੋਆ ਅੜਿਆ ਰਿਹਾ। ਬਿਲਕੁਲ 8 ਦਿਨ ਸਰੋਆ ਅੜਿਆ ਰਿਹਾ, ਮੈਂ ਸਾਰਾ ਦੇਖਿਆ। ਤੁਸੀਂ ਉੱਥੇ ਸੀਗੇ? ਨਹੀਂ, ਇੱਥੇ ਮਾਲਪੁਰ ਸੀਗਾ, ਮੈਂ ਨਾਨਕੀ ਗਿਆ ਸਾ ਆ ਧਰਮੀਆਂ ਦੇ ਘਰ। ਉਹ ਆਪਾਂ ਸਾਰੀ ਗੱਲ ਤੁਹਾਡੇ ਨਾਲ ਕਰਦੇ ਹਾਂ। ਹਾਂਜੀ ਬਾਬਾ ਜੀ, ਤੁਹਾਡੀ ਜਿਹੜੇ ਤੁਹਾਡੇ ਬਜ਼ੁਰਗ ਸੀ, ਉਹਨਾਂ ਦਾ ਕੀ ਕੰਮ ਕਾਰ ਸੀ? ਉਹਨਾਂ ਦਾ ਕੰਮ ਇਹ ਸੀ, ਮੈਂ 2 ਵੇਲੇ ਮਸੀਤੇ ਨਮਾਜ਼ ਪੜ੍ਹ ਲੈਣੀ, ਮਨਿਆਰੀ ਦੀ ਦੁਕਾਨ ਕਰਦਾ ਸਾ, ਮਨਿਆਰੀ ਚੂੜੀਆਂ ਚਾੜੀਆਂ ਪਾਉਣ ਦਾ ਕੰਮ ਕਰਦਾ ਸਾ। ਉਦੋਂ ਵੈਸੇ ਤੁਹਾਡੀ ਮੁਸਲਮਾਨਾਂ 'ਚ ਕਿਹੜੀ ਬਰਾਦਰੀ ਆ? ਇਹਦੀ ਭਰਾਈ ਹੁੰਦੇ ਜੀ ਲੱਖ ਦਾ ਅਤੇ ਪੀਰ ਸ਼ੇਖ। ਹਾਂ ਸ਼ੇਖ ਸ਼ੇਖ ਜਿਹੜੀ ਹੁਣ ਸਿੱਧੇ ਗਏ ਉੱਦਾਂ ਜੇ ਦੇਖਣਾ ਪੈਂਦਾ, ਅਸੀਂ ਪੀਰ ਦੇ ਭਾਈ ਹਾਂ, ਪੀਰ ਭਾਈ ਸਾਨੂੰ ਕਹਿੰਦੇ ਸੀ। ਬਿਲਕੁਲ। ਫਿਰ ਸਾਡੇ ਲੋਕ ਬੇਸਿਦਕੇ ਹੋ ਗਏ, ਹੱਥ ਸੁੱਕਾ ਭਰਾਈ ਭੁੱਖਾ, ਇੱਥੇ ਪੀਰ ਨੇ ਬਣਾਤਾ। ਮੈਂ ਤੁਹਾਨੂੰ ਦੱਸਾਂ, ਮੈਂ ਪਾਕਿਸਤਾਨ ਜਾਇਆ ਬੜੇ ਨਿਗਾਹੇ, ਮੈਂ 3 ਵਾਰੀ ਜਾਇਆ ਮੁਲਤਾਨ ਦੇ ਅੱਗੇ ਆ ਦੇਰਾ ਗਾਜ਼ੀ ਖਾਨ, ਨੰਘ ਕੇ ਤੁਮੋਂ ਦਾ ਦਰਿਆ ਟੱਪ ਕੇ, ਅਸੀਂ ਤੁਮੋਂ ਦਾ ਦਰਿਆ ਕਹਿੰਦੇ, ਉੱਧਰਲੇ ਲੋਕ ਕਹਿੰਦੇ ਪੀਰ ਦੀ ਕੱਕੀ ਦੀ ਖੱਡ। ਅੱਛਾ ਜੀ। ਉਹ ਬਲੋਸਤਾਨ ਦੀਆਂ ਕੰਧਾਂ ਦੇ ਨਾਲ ਵਾ, ਬੜਾ ਨਿਗਾਹਾ। 1931 ਦਾ ਜਨਮਾਂ ਮੈਂ, ਇਸ 27 ਜੂਨ ਨੂੰ ਮੈਂ 88 ਸਾਲਾਂ ਦਾ ਪੂਰਾ ਹੋ ਗਿਆ, 99 'ਚ ਮੈਂ ਤੁਰ ਪਿਆ ਹੁਣ। ਕਿ ਇੱਥੇ ਕਿੰਨੇ ਕੁ ਘਰ ਸੀਗੇ ਮੁਸਲਮਾਨਾਂ ਦੇ? 47 ਇੱਥੇ ਜੀ, 47 ਤੋਂ ਪਹਿਲਾਂ ਜਾਣੀ ਸਾਡੇ ਪਿੰਡ 'ਚ 2 ਮਸੀਤਾਂ ਸੀ। ਇੰਨੇ ਮੁਸਲਮਾਨ ਸੀ? ਇੰਨੇ ਮੁਸਲਮਾਨ ਸੀ। ਆਹ ਜਿਹੜਾ ਸਾਡਾ ਇੱਧਰਲਾ ਪਾਸਾ, ਇਹ ਅਸੀਂ ਆਹ ਜਾਂਦੇ ਸੀ, ਆਹ ਗੁਰਦੁਆਰਾ ਬਣਿਆ ਫੁਗਾੜੇ ਰੋਡ 'ਤੇ, ਇੱਧਰਲੇ ਪਾਸੇ ਬਾਬੇ ਕਲੰਦਰੀ ਸ਼ਾਹ ਵਾਲਾ, ਤਾਂ ਜਿਹੜੇ ਇੱਧਰ ਚੜ੍ਹਦੇ ਪਾਸੇ ਜਿੰਨੇ ਮੁਸਲਮਾਨ ਸੀ, ਇੱਧਰ ਲੋਕ ਦੱਬਣ ਜਾਂਦੇ ਸੀ। 2 ਮਸੀਤਾਂ ਦੀ, ਸਾਡੀ ਮਸੀਤ ਆਇਆ, ਉਹਨਾਂ ਦੀ ਮਸੀਤ ਉੱਧਰ ਵਾ। ਬਾਬਾ ਜੀ ਕੋਈ ਖੇਤੀਬਾੜੀ ਕਰਨ ਵਾਲਾ ਮੁਸਲਮਾਨ ਵੀ ਸੀ ਇੱਥੇ? ਇੱਥੇ ਰਾਈ ਇੱਥੇ ਸੀ ਜੀ, ਤੇਲੀ ਇੱਥੇ ਸੀ, ਕੋਹਲੂ ਚੱਲਦੇ ਹੁੰਦੇ ਸੀ ਇੱਥੇ ਸਾਡੀ ਗਲੀ 'ਚ, ਕੋਹਲੂ ਮਰਾਸੀ ਹੁੰਦੇ ਸੀਗੇ, ਗੁੱਜਰ ਹੁੰਦੇ ਸੀ, ਦਲਗੇਰੀ ਵਾਲੇ ਰਾਜ ਜਿੱਥੇ ਹੁਣ ਜ਼ਮੀਨ ਉਹ ਲਈ ਵਾ, ਉੱਥੇ ਗੁਜਰਾਂ ਦਾ ਘਰ ਜੁਦਾ ਹੁੰਦੇ ਸੀ, ਮਹੱਲਾ ਹੁੰਦਾ ਸੀ, ਆਹ ਸਾਰਾ ਮਹੱਲਾ ਗੁਜਰਾਂ ਦਾ ਸਾ। ਕਿ ਜੇ ਉੱਦਾਂ ਵੀ ਆਉਣਾ ਹੋਵੇ, ਪੁੱਛ ਲਵੇ ਵੀ ਜਾਮਣ ਵਾਲੇ ਚੌਂਕ ਨੂੰ ਜਾਣਾ, ਗੁਜਰਾਂ ਦਾ ਮਹੱਲਾ ਸਾਨੂੰ ਦੱਸ ਦੋਗੇ, ਆਹ ਜਾਮਣ ਸੀਗੀ, ਜਾਮਣ ਹੁਣ ਸੁੱਕ ਗਏ, ਵਿੱਚ ਪੇਪਰ ਹੋਇਆ ਆ, ਆਹ ਬੋਲ ਬਾਜਦਾ ਜਾਮਣ ਵਾਲਾ ਚੌਂਕ ਆ। ਅੱਛਾ ਜੀ, ਦੇਖ ਲਓ ਵੀ ਇੰਨੀ ਮੈਂ ਪਹਿਲਾਂ ਤਾਂ ਹੀ
ਮਾਂ ਨੂੰ ਮਾਂ ਸਮਝਿਆ, ਭੈਣ ਨੂੰ ਭੈਣ ਸਮਝਿਆ, ਧੀ ਨੂੰ ਧੀ ਸਮਝਿਆ, ਖੁਰਾਕ ਖਾਧੀ ਆ। 88 ਸਾਲ ਦਾ ਪੂਰਾ ਹੋ ਗਿਆ। ਦੇਖ ਲਓ 16 ਸਾਲ ਮੈਂ ਪੱਲੇਦਾਰੀ ਕੀਤੀ ਸ਼ੂਗਰ ਮਿੱਲ ਸ਼ਾਮਲੀ 'ਚ। ਅੱਛਾ। ਫਿਰ ਦੇਖ ਲਓ ਮੈਂ ਜਾ ਕੇ ਜੱਬਲਪੁਰ ਲੋਹੇ ਦਾ ਕੰਮ ਕੀਤਾ, ਭਲਾਈ ਲੋਹੇ ਦਾ ਕੰਮ ਕੀਤਾ। ਤਾਂ ਫਿਰ ਦੇਖ ਲਓ ਬਈ ਮਾਨਸਾ, ਮੰਡੀ, ਤਨੌਲਾ, ਜਾਖੜ, ਗਾਗਾ ਲਹਿਰਾ, ਇੱਥੇ ਰੂੰ ਦੀਆਂ ਮਿੱਲਾਂ 'ਚ ਜਾ ਕੇ ਕੰਮ ਕੀਤਾ। ਅੱਛਾ ਬਾਬਾ ਜੀ, ਇੱਕ ਗੱਲ ਦੱਸਿਓ, ਜਿਹੜੇ ਇੱਥੇ ਗੁੱਜਰ ਜਾਂ ਹੋਰ ਬਰਾਦਰੀਆਂ ਰਹਿੰਦੀਆਂ ਸੀ, ਹਾਂਜੀ, ਤੁਸੀਂ ਉਹਨਾਂ ਦੇ ਨਾਂ ਦੱਸ ਸਕਦੇ? ਦੇਖੋ ਜੀ, ਇੱਧਰਲੇ ਪਾਸੇ ਜਿਹੜਾ ਗੁੱਜਰ ਰਹਿੰਦੇ ਸੀ, ਇੱਕ ਨਾਂ ਸੀ ਕਰਮਲਾਹੀ ਜੀ, ਇੱਕ ਨਾਂ ਸੀਗਾ ਦੂਆ ਬੀਰੂ ਗੁੱਜਰ। ਠੀਕ ਜੀ। ਤਾਂ ਇੱਧਰ ਹੁੰਦਾ ਤਾ ਰਲਾ ਤੇਲੀ, ਪੀਰਾ ਪੇਂਜਾ, ਜਿਹੜੇ ਰੂਹ ਪੇਂਜੇ ਹੁੰਦੇ ਪੀਰਾ ਪੇਂਜਾ। ਇੱਕ ਮੁਸਲਮਾਨ ਸੀ ਇੱਥੇ ਨਸੀਆ ਕੁਮਾਰ, ਅਮਸੀਦ ਦੇ ਕੋਲ ਉਹਨਾਂ ਦਾ ਕੁਮਾਰ ਸੀ। ਇੱਕ ਗਾਬੀ ਮਰਾਸਣ ਹੁੰਦੀ ਸੀ, ਇੱਕ ਨਸੀਰ ਦਿਨ ਹੁੰਦਾ ਤਾ ਰਾਈਆਂ ਅਹਜ ਅਤੇ ਬਾਲਮੀਕੀਆਂ ਦਾ ਗੁਰਦੁਆਰਾ, ਉੱਥੇ ਉਹਨਾਂ ਦੀ ਸਾਰੀ ਲਾਈਨ ਉਹ ਰਾਈਆਂ ਦੀ ਆ। ਅੱਛਾ ਜੀ। ਉਹ ਟਾਂਗਾ ਬਾਂਧਦਾ ਤਾ ਇੱਕ ਰਾਈ ਸਾਹਿਬ ਬਲੈਤੀ ਲਲਾਰੀ, ਉਹ ਉਹਨੂੰ ਲਲਾਰੀ ਸੀਗਾ, ਕੱਪੜੇ ਰੰਗ ਦਾ ਹੁੰਦਾ ਸੀਗਾ। ਇੱਕ ਘੋੜਕੂ ਰਾਈ ਹੁੰਦਾ ਤਾ ਬਾਲਮੀਕੀਆਂ ਦੇ ਨਾਲ ਹੀ ਉਹਨਾਂ ਦਾ ਘਰ, ਉਹ ਸਾਂਭ ਲਿਓ। ਇੱਕ ਮੱਲੀ ਰਾਈ ਹੁੰਦਾ ਸਾ, ਇੱਕ ਕਰਮਲਾਹੀ ਰਾਈ ਹੁੰਦਾ ਤਾ, ਜਿੱਥੇ ਬੱਸਾਂ ਫਗੋੜਦੀਆਂ, ਸਾਰੀ ਦੋਹਾਂ ਪਾਸਿਆਂ ਦੀ ਰਾਈਆਂ ਦੀ ਲੈਣ ਸੀ। ਅੱਛਾ। ਕਾਫੀ ਜ਼ਮੀਨ ਸੀ ਉਹਨਾਂ ਦੀ? ਜ਼ਮੀਨ ਸੀਗੀ ਉਹਨਾਂ ਦੀ ਆਪਣੀ। ਅੱਛਾ। ਉਹ ਬਈ ਰੌਲਿਆਂ ਚਲੇ ਗਏ, ਅਸੀਂ ਨਹੀਂ ਗਏ। ਅਤੇ ਤੁਸੀਂ ਇਕੱਲੇ ਘਰ ਰਹਿ ਗਏ? ਨਹੀਂ ਜੀ, 300 ਮੁਸਲਮਾਨ ਰਿਹਾ ਸੀ ਇੱਥੇ, ਮਾਰਿਆ ਕਿਸੇ ਨੂੰ ਕੁਛ ਨਹੀਂ, ਕਿਸੇ ਨੇ ਕਿਹਾ ਕੁਛ ਨਹੀਂ। ਤਾਂ ਇੱਕ ਸਾਡੇ ਇੱਥੇ ਸੈਣੀ ਹੁੰਦਾ ਤਾ ਰਾਮਪੁਰ ਦਾ, ਉਹ ਇੱਥੇ ਖਲ ਦੀ ਬੜਾ ਦੁਕਾਨ ਕਰਦਾ ਹੁੰਦਾ ਤਾ ਜੀ। ਉਹਨੇ ਇੱਥੇ ਮਸੀਤ ਦੇ ਵਿੱਚ ਬੰਬ ਸਿੱਟ ਦਿੱਤਾ, ਦੋ ਤਿੰਨ ਮੁੰਡੇ ਫੱਟੇ ਹੋ ਗਏ, ਇੱਕ ਮਰ ਗਿਆ ਫਜੇ ਕਸਾਈ ਦਾ। ਦੁਕਾਨਾਂ 8 ਸੀ ਇੱਥੇ ਗੋਸ਼ਤ ਦੀਆਂ, ਬੱਕਰੇ ਦੀਆਂ, ਮਾਲ ਬੁੜ ਜਾਣੀ ਐਡਾ ਦਾ, ਤਾਜ਼ੀਏ ਨਿਕਲਦੇ ਹੁੰਦੇ ਸੀ। ਤਾਜ਼ੀਏ ਉਹਦੇ ਲਵੇ, ਉਹ ਫਿਰ ਡਰਦੇ ਦੌੜ ਗਏ, ਅਸੀਂ ਨਹੀਂ ਗਏ। ਫਿਰ ਜ਼ਿਲ੍ਹੇਦਾਰ ਸੁਣਿਆ ਹੋਊਗਾ ਰਮਾਸ ਸਾਧ ਵਾਲੀਆ ਜੀ ਜੀ, ਉਹ ਜ਼ਿਲ੍ਹੇਦਾਰ ਦਾ ਘਰ ਵਾ। ਜ਼ਿਲ੍ਹੇਦਾਰ ਨੇ ਵੀ ਜਿੰਨੇ 300 ਮੁਸਲਮਾਨ ਸੀ ਘੋੜੀ ਦੇ ਉੱਤੇ ਇੱਦਾਂ ਗਲੀ 'ਚ ਗਲੀਆਂ 'ਚ ਫੇਰਾ ਦੇਣਾ, ਵੀ ਕੋਈ ਇਹਨਾਂ ਨੂੰ ਮਾਰ ਨਾ ਦੇਵੇ। ਰੋਟੀ 3 ਮਹੀਨੇ ਜ਼ਿਲ੍ਹੇਦਾਰ ਦੇ ਘਰਾਂ ਦੀ ਰਹੀ। ਵਾਹ ਜੀ ਵਾਹ। ਉਹਨੇ ਖਾ ਕੇ ਹਰਾਮ ਨਹੀਂ ਕਰਨਾ, ਜ਼ਿਲ੍ਹੇਦਾਰ ਦੇ ਘਰਾਂ ਦੀ। ਉਹਦਾ ਬੜਾ ਮੁੰਡੇ ਨਾ ਮਕਸੂਦ ਦੂਆ ਸੀਗਾ ਤੇਜਾ ਸੂੰ, ਉਹਦੇ ਛੋਟਾ ਕੁਲਵੰਤ ਸੂੰ, ਉਹਦੇ ਛੋਟਾ ਸਾਧ ਵਾਲੀ ਹਰਬੰਸ। ਬਾਬਾ ਜੀ, ਇਹ ਇਸ ਬੰਦੇ ਬਾਰੇ ਨਾ ਖਾਸ ਤੌਰ 'ਤੇ ਆਪਾਂ ਗੱਲ ਕਰਨੀ, ਜਿਨ੍ਹਾਂ ਨੇ ਇੰਨੀ ਮਦਦ ਕੀਤੀ, ਉਹ ਬੰਦੇ ਇਹ ਸੀਗੇ ਮਾਲਪੁਰ ਦੇ? ਮਾਲਪੁਰ ਦੇ ਆਹ ਘਰ ਜ਼ਿਲ੍ਹੇਦਾਰ ਸੀ। ਅੱਛਾ। ਬੈਂਸਾਂ 'ਚੋਂ ਸੀਗੇ? ਬੈਂਸ ਸੀਗੇ, ਬੈਂਸ ਹੈ ਸਾਡੇ ਪਿੰਡ ਜਾਰੇ, ਸਾਰੇ ਬੈਂਸਾਂ ਦਾ ਮਤਲਬ ਗਾੜਿਆ ਹੈ, ਆਪਣੀ ਕਬਰੇ ਪੈਣਾ, ਲੋਕਾਂ ਨੂੰ ਬੁਰੇ ਨਹੀਂ ਕਹਿਣਾ। ਅੱਛਾ। ਫਿਰ ਉਹਨੇ ਸਾਰਿਆਂ ਨੂੰ ਰੋਟੀ ਵੀ ਦਿੱਤੀ? 3 ਮਹੀਨੇ ਰੋਟੀ ਜੀ ਦਿੰਦੇ ਰਹੇ। ਵਾਹ ਜੀ ਵਾਹ। ਫਿਰ ਜਿਹੜਾ ਰਾਖੀ ਕਰਨੀ ਜ਼ਿਲ੍ਹੇ ਜਾਂਦੇ ਘੋੜੀ ਦੇ ਉੱਤੇ ਘੁੰਮਣਾ, ਵੀ ਕੋਈ ਮਾਨ, ਫਿਰ ਪੁੱਛਣਾ ਆ ਕੇ ਤਕਲੀਫ ਤੁਹਾਨੂੰ ਕੋਈ? ਅਸੀਂ ਕਿਹਾ ਜੀ ਸਾਨੂੰ ਕੋਈ ਤਕਲੀਫ ਨਹੀਂ। 3 ਮਹੀਨਿਆਂ ਦੇ ਬਾਅਦ ਫਿਰ ਜੇ ਲਵੇ ਰੌਲੇ ਸਾਡੇ ਜਿੰਨੇ ਮੁਸਲਮਾਨ ਸੀ ਸਾਡੇ ਪਿੰਡ ਦੇ ਜ਼ਿਮੀਦਾਰ ਜਿਹੜੇ ਕਹਿੰਦੇ ਜਾਣਾ, ਉਹਨਾਂ ਨੇ ਜਾ ਕੇ ਕੈਂਪ ਲੱਗਿਆ ਸੀ ਹਾਲਟੇ ਬਾਲੇ ਜੀ ਜੀ, ਹਾਲਟੇ ਬਾਲੇ ਕੈਂਪ 'ਚ ਬਾੜੇ। ਅੱਛਾ। ਹਾਂਜੀ। ਕੁਛ ਬਜਵਾੜਾ ਜਿਹਨੂੰ ਕਹਿੰਦੇ ਉੱਥੇ ਕੈਂਪ 'ਚ ਬਾੜੇ। ਆਪਣੇ ਆਪ ਜਿਹੜੇ ਗਏ ਉਹ ਗਏ, ਕੱਢੇ ਕਿੰਨੇ ਨਹੀਂ ਇਸ ਪਿੰਡ ਨੇ, ਮਤਲਬ ਇਹ ਧਰਮ ਕਮਾਇਆ ਕਿ ਆਪਣੇ ਪਿੰਡ ਵਾਲਿਆਂ ਨੂੰ ਨਾ ਡਰਾਇਆ, ਨਾ ਕੱਖ ਨਹੀਂ ਕਿਹਾ ਜੀ, ਸਮਾਂ ਕੇ ਲੰਗਰ ਛਕਾਇਆ। ਮੇਰੀਆਂ ਭੈਣਾਂ ਇੱਥੇ ਬੜੀਆਂ ਸੀ, ਮੁਟਿਆਰਾਂ ਸੀ, ਧੀਆਂ ਲੋਕਾਂ ਨੇ ਧੀਆਂ ਵਾਂਗੂ ਸਮਝੀਆਂ। ਵਾਹ ਜੀ ਵਾਹ। ਐਵੇਂ ਜ਼ਰੂਰ ਨਹੀਂ ਕਹਿਣਾ ਜੀ। ਬਾਬਾ, ਜਿਨ੍ਹਾਂ ਨੇ ਬਹੁਤ ਮਦਦ ਕੀਤੀ ਇਹੀ ਜ਼ਿਲ੍ਹੇਦਾਰ ਵਾ। ਜ਼ਿਲ੍ਹੇਦਾਰ, ਜ਼ਿਲ੍ਹੇਦਾਰ, ਵਾਹ। ਇਹਦੇ 4 ਮੁੰਡੇ ਸੀ, ਬੜਾ ਤੇਜਾ ਸੂੰ, ਉਹਦੇ ਛੋਟਾ ਕੁਲਵੰਤ ਸੂੰ, ਉਹਦੇ ਛੋਟਾ ਰਵਾਂਸ, ਉਹਦੇ ਛੋਟਾ ਮਕਸੂਦ ਨੂੰ। ਜ਼ਮੀਨ ਸਾਧੋਵਾਲ ਵੀ ਜਿਹਨਾਂ ਨੂੰ ਪਈ ਹੋ ਸੀ, ਬਾਹੋਵਾਲ 'ਚ ਵੀ ਪਈ ਹੋ ਵਾ ਜੀ ਜੀ। ਇਹ ਜਾਣੀ ਕਿਲੇ ਵਾਲੇ 'ਚੋਂ ਵੱਜਦੇ ਆ, ਇਹਨਾਂ ਦੇ ਵਿੱਚੋਂ ਸੀ ਸਾਧੋਵਾਲ ਦੇ ਵਿੱਚੋਂ। ਇੱਕ ਊਧਮ ਸਿੰਘ ਠੇਕੇਦਾਰ, ਐਸਬਰੇਜ ਉਹਨਾਂ ਦੇ ਊਧਮ ਸਿੰਘ ਠੇਕੇਦਾਰ, ਇਹ ਸੀਗੇ ਇਹ ਸਾਰਿਆਂ ਦੇ ਇਹ ਸਾਰੇ ਸਾਡੇ ਇਹਨਾਂ ਨੇ ਰਾਖੀ ਕੀਤੀ। ਬਹੁਤ ਹੀ ਪੁੱਛਿਆ ਨਹੀਂ, ਸਲਾਮ ਕਰਦੇ ਹਾਂ ਅਸੀਂ ਉਹਨਾਂ ਬੰਦਿਆਂ ਨੂੰ। ਅਸੀਂ ਕਰਦੇ ਜੀ, ਇਹ ਮੁੰਡਿਆਂ ਨੂੰ ਵੀ ਦੱਸੀਦਾ ਅਸੀਂ, ਮੈਂ ਕਿਹਾ ਜ਼ਿੰਦਗੀ ਅੱਜ ਨੂੰ ਅਸੀਂ ਲੱਭਦੇ ਨਾ, ਉਹਨੇ ਬੂਹਿਆਂ ਦੇ ਮੋਹਰੇ ਰਾਖੀ ਸਾਡੇ ਕੀਤੀ। ਐਵੇਂ ਕਿਉਂ ਗਏ ਘੋੜੀ ਦੇ ਉੱਤੇ ਵੀ ਜ਼ਿਲ੍ਹੇਦਾਰ ਹੋਵੇ ਉਹ ਰਾਖੀ ਕਰੇ ਗਰੀਬਾਂ ਦੀ? ਵਾਹ ਜੀ, ਬਹੁਤ ਬਹੁਤ। ਇਹਦੇ ਨਾਲੋਂ ਕੁਰਬਾਨੀ ਹੋਰ ਕਿਹੜੀ ਹੋਣੀ ਚਾਹੀਦੀ? ਉਹਨਾਂ ਨੇ ਸਾਡਾ ਜੀ ਬਹੁਤ ਜ਼ਿਲ੍ਹੇਦਾਰ ਦਾ ਸੀ, ਦੂਈ ਵਾਰੀ ਵੀ ਜਨਮ ਲਈਏ ਤਾਂ ਅਸੀਂ ਦੇਣ ਨਹੀਂ ਦੇ ਸਕਦੇ।
ਜਿੱਦਾਂ ਸਾਡੀ ਉਹਨਾਂ ਨੇ ਸੇਵਾ ਕੀਤੀ, ਰੋਟੀਆਂ ਦਿੱਤੀਆਂ ਕੋਲੋਂ। ਅਤੇ ਬਾਬਾ ਜੀ ਫਿਰ 3 ਮਹੀਨਿਆਂ ਬਾਅਦ ਕੁਝ ਬੰਦੇ ਚਲ ਗਏ ਹੈ ਨਾ ਜੀ? ਨਹੀਂ, ਰੋਲਿਆਂ ਚਲ ਗਿਆ, ਕੁਝ ਮੋਹਰੋਂ ਚਲ ਗਿਆ, ਉਹ 6 ਮਹੀਨੇ ਵੀ ਆ ਗਏ ਉੱਧਰੋਂ, ਜਿਹੜੇ ਗੁੱਜਰ ਸੀਗੇ ਬੰਦੇ ਰਹਿ ਗਏ, ਉਹਨਾਂ ਦੇ ਬੰਦੇ ਆਏ, ਉਹ ਲੈ ਗਏ। ਅੱਛਾ, 6 ਮਹੀਨਿਆਂ ਬਾਅਦ ਵੀ ਮੁੜ ਕੇ ਆ ਗਏ? ਮੁੜ ਕੇ ਆ ਗਏ, ਆਪਣੇ ਰਿਸ਼ਤੇਦਾਰਾਂ ਨੂੰ ਲੈ ਗਏ। ਅੱਛਾ, ਜਾਣੀ ਕੱਢਿਆ ਕਿਨੇ ਨਹੀਂ, ਤੱਕਿਆ ਕਿਨੇ ਨਹੀਂ, ਤੁਸੀਂ ਇਹ ਸਾਲ ਮਾਰਿਆ ਕੋਈ ਨਹੀਂ ਸਾਡੇ। ਬਾਬਾ ਜੀ ਫਿਰ ਕਿੰਨੇ ਘਰ ਰਹਿ ਗਏ ਇੱਥੇ? ਘਰ ਦੇਖ ਲਓ ਵੀ 300 ਬੰਦਾ ਦਾ ਸਰਦਾਰਾਂ ਦਾ ਹੀ ਰਹਿ ਗਏ ਸੀ, ਪੀਰਾਂ ਪੇਂਜਾ ਰਹਿ ਗਿਆ ਸਾ, ਉਮਰ ਦੀਨ ਰਹਿ ਗਿਆ ਸਾ, ਘੋੜਕੂ ਰਾਈ ਰਹਿ ਗਿਆ ਸਾ, ਉਹਦਾ ਬੂਟਾ ਸੀ ਮੁੰਡਾ, ਉਹਦਾ ਟੱਬਰ ਰਹਿ ਗਿਆ ਸਾ, ਪਖੀਰੀਆ ਰਾਈ ਰਹਿ ਗਿਆ ਸਾ, ਤਾਂ ਕਰਮਲਾਹੀ ਅਤੇ ਰਾਈ ਰਹਿ ਗਿਆ ਸਾ, ਬਾਕੀ ਗੁੱਜਰ ਕਰਮਲਾ ਦੂਆ ਮੂੰਹ ਦੇ ਚੜ ਕੇ ਫੇਫੜੀਆਂ, ਇਹ ਗੁੱਜਰ ਇਹ ਠੇਕੇਦਾਰ ਦੇ ਘਰ ਕੋਲ ਸੀ, ਇਹ ਰਹਿ ਗਏ ਬੀਬੀ ਫਾਤਮਾ ਹੋਣੀ ਜਾਣੀ, ਇਹ ਇੱਥੇ ਰਹਿ ਗਏ ਸੀ, ਇਹਨਾਂ ਦੇ ਭਰਾ ਫਿਰ ਮੁੜ ਗਏ, ਫਿਰ ਸਾਡੇ ਮਾਲਪੁਰੀਏ ਸਰਦਾਰ ਜੀ ਜੀ ਗੱਡਿਆਂ ਦੇ ਉੱਤੇ ਉਹਨਾਂ ਦਾ ਸਮਾਨ ਰੱਖ ਕੇ ਜੀ ਜਾ ਕੇ ਸੈਲੇ ਗੱਡੀ ਚੜ੍ਹਾ ਕੇ ਆਏ, ਜਿਹੜੇ ਬਾਹਰ 'ਚ ਗਏ। ਵਾਹ ਜੀ ਵਾਹ! ਆ ਸਾਡੇ ਲਗੇਰੀ ਵਾਲੇ ਰਾਜ ਉਹ ਜੱਟ ਗੱਡਿਆਂ ਦੇ ਉੱਤੇ ਉਹਨਾਂ ਦਾ ਸਮਾਨ ਸੈਲੇ ਰੇਲ ਗੱਡੀ 'ਚ ਚੜ੍ਹਾ ਕੇ ਆਏ, ਜਿਹੜੇ ਬਾਅਦ 'ਚ ਗਏ। ਯਾਨੀ ਇੰਨਾ ਗਿੱਧਾ ਮਾਲ ਬੜ ਕੇ ਮਾਰਿਆ ਕੋਈ ਨਹੀਂ, ਆਪਣੀ ਮਰਜ਼ੀ ਨਾਲ ਗਏ, ਕੱਢੇ ਕਿੰਨੇ ਨਹੀਂ। ਵਾਹ ਜੀ ਵਾਹ! ਅੱਛਾ ਬਾਬਾ ਜੀ, ਤੁਸੀਂ ਫਿਰ ਇੱਕੋ ਘਰ ਰਹਿ ਗਿਆ ਅਖੀਰ 'ਚ? ਭਰਾਈਆਂ ਦਾ ਇੱਕੋ ਸੀ। ਨਹੀਂ, ਉੱਦਾਂ ਇੱਕੋ ਘਰ ਰਹਿ ਗਿਆ ਮੁਸਲਮਾਨਾਂ ਦਾ, ਕਿ ਹੋਰ ਵੀ ਰਹੇ? ਹੋਰ ਵੀ ਸੀਗੇ, ਹੁਣ ਵਿੱਚ ਉਹਨਾਂ ਦੇ ਨਿਆਣੇ ਕੋਈ ਮਰ ਗਿਆ, ਕੁਝ ਹੈਗਾ ਧੋਬੇ ਇੱਥੇ ਸੀਗੇ, ਹੈਦਰ ਰੌਲ ਸੀ ਦੰਦਾਂ ਦਾੜਾਂ ਕੱਢਦਾ, ਉਹ ਵੀ ਇੱਥੇ ਦਾ, ਬਾਕੀ ਆ ਤੁਹਾਨੂੰ ਦੱਸਿਆ ਘੋੜਕੂ ਰਾਹੀਂ ਬੂਟਾ ਰਾਹੀਂ ਸਾਰੇ ਇੱਥੇ ਸੀ। ਹੁਣ ਉਹਨਾਂ 'ਚੋਂ ਔਲਾਦ ਕਿੰਨਿਆਂ ਦੀ ਆ? ਔਲਾਦ ਦੀ ਗਾਂ ਹੁਣ ਬਹੁਤੀਆਂ ਮੁੰਡੇ ਮਰ ਗਏ, ਉਹ ਆ ਮਰ ਗਏ, ਉਹਨਾਂ ਦੇ ਗਾਂ ਛੋਟੇ ਛੋਟੇ ਨਿਆਣੇ ਆ। ਨਹੀਂ ਦੇਖੋ ਜੀ, ਸਾਡਾ ਤਾਇਆ ਸੀ ਰਲਾ, 1947 'ਚ ਜਰਮਨ 'ਚ ਲੜਾਈ ਕਰਕੇ ਆਇਆ ਸਾ, ਫੌਜੀ ਸਾ, ਇੰਡੀਆ ਦੀ ਫੌਜ ਗਈ ਸੀ ਜਾਂ ਜਰਮਨ, ਦੋਵੇਂ ਤੇ ਬਿਲਕੁਲ ਬਿਲਕੁਲ 1914 ਦੀ ਗੱਲ ਵਾ ਜੀ ਜੀ। ਤਾਂ ਉਹ ਦੇਖ ਲਓ, ਮੈਨੂੰ ਇੰਨਾ ਪਤਾ ਵੀ ਉਹਦੇ ਬਾਅਦ ਮੇਰੇ ਤਾਏ ਦੀਆਂ ਫੀਤੀਆਂ ਆਈਆਂ, ਉਹ ਕਹਿੰਦੇ ਵੀ ਤੇਰਾ ਕੋਈ ਮੁੰਡਾ ਜਾਂ ਕੋਈ ਭਤੀਜਾ ਭੇਜ ਦੇ। ਸਾਡੀ ਮਾਂ ਕਹਿੰਦੀ ਮੈਂ ਨਹੀਂ ਭੇਜਣਾ, ਉਹਨਾਂ ਬੰਦਿਆਂ ਨੇ ਆਪਣਾ ਕੋਈ ਬੰਦਾ ਦਿਓ ਜਰਮਨ 'ਚ ਲੜਾਈ ਜਦ ਕਰਕੇ ਜਿੱਤ ਕੇ ਆਏ ਇਹ, ਅਤੇ ਆ ਕੇ ਪਾਕਿਸਤਾਨ ਨੂੰ ਚਲੇ ਗਿਆ ਤਾ। ਉਹ ਕਹਿੰਦਾ ਵੀ ਕੋਈ ਹੈ ਤਾਂ ਆਪਣਾ ਭਤੀਜਾ ਜਾਂ ਪੁੱਤ ਭੇਜੋ ਭੇਜੋ। ਤਾਂ ਸਾਡੀ ਮਾਈ, ਮੈਂ ਇਕੱਲਾ ਸਾ, 4 ਭੈਣਾਂ ਸੀ, 3 ਭਰਾ ਮੇਰੇ ਮੁੱਕ ਗਏ ਸੀ, ਮੈਂ ਉਹ ਵੀ ਹੱਥਾਂ 'ਚ ਦੱਬੇ। ਓਹੋ! ਇੱਥੇ ਸਾਡਾ ਤਾਇਆ ਹੁੰਦਾ ਤਾ ਬਾਬੂ, ਉਹ ਮਰ ਗਿਆ ਰੌਲਿਆਂ 'ਚ, ਅਸੀਂ ਚੱਕ ਕੇ ਬੰਦੇ ਕਬਰਾਂ 'ਚ ਦੱਬਣ ਗਏ ਹਾਂ ਫੁਆਰਾ ਰੋਡ ਦੀ, ਸਾਡੇ ਵੱਲ ਨੂੰ ਕਿੰਨੀ ਅੱਖ ਭਰ ਕੇ ਨਹੀਂ ਦੇਖੀ, ਜਿੱਦਾਂ ਅੱਗੇ ਜਨਾਜ਼ਾ ਲਿਜਾਂਦੇ ਉੱਦਾਂ ਲਗਾਏ ਹਾਂ। ਵਾਹ ਜੀ ਵਾਹ! ਕਹਿੰਦੇ ਜੀ ਸਾਨੂੰ ਕੁਛ ਵੀ ਕਿਹਾ, ਪਿੰਡ ਚੰਗਾ ਸੀਗਾ ਜੀ, ਪਿੰਡ ਖਰਾ। ਅੱਛਾ ਬਾਬਾ ਜੀ, ਇੱਕ ਗੱਲ ਦੱਸਿਓ, ਤੁਹਾਡੇ ਤਾਇਆ ਜੀ ਵਿਆਹੋ ਸੀ? ਸਾਡੇ ਤਾਇਆ ਜੀ ਵਿਆਹੇ ਸੀ, ਉਹਦੇ 2 ਮੁੰਡੇ ਸੀ, ਇੱਕ ਦੁੱਲਾ ਇੱਕ ਕਰਮਦੀਨ, ਉਹ ਰਹਿੰਦੇ ਆ ਹੜੱਪਾ ਪਿੰਡ ਵਾ, ਸਰਗੋਧਾ ਦੇ ਉਰੇ। ਤਾਂ ਜਿਹੜਾ ਬੜਾ ਸਾਡਾ ਤਾਏ ਦਾ ਮੁੰਡਾ ਆ, ਉਹ ਰਹਿੰਦਾ ਪੁਰਾਣੇ ਨਨਕਾਣੇ, ਹੜੱਪੇ ਸਟੇਸ਼ਨ ਵੀ ਆ ਨਾ? ਆਹੋ, ਉਹ ਉੱਥੇ ਰਹਿੰਦਾ ਦੁੱਲਾ। ਤਾਂ ਜਿਹੜਾ ਛੋਟਾ ਕਰਮਦੀਨ, ਉਹ ਨਨਕਾਣੇ ਰਹਿੰਦਾ, ਆਹ ਗੁਰਦੁਆਰਾ ਆ, ਗੁਰਦੁਆਰੇ ਦਾ ਐਨ ਬੂਹਾ ਨਨਕਾਣਾ ਸਾਹਿਬ ਦਾ ਮੈਂ ਦੇਖਿਆ ਆ। ਅੱਛਾ ਜੀ! ਹਾਂਜੀ, ਤਾਂ ਇੱਦਾਂ ਸਾਹਮਣੇ ਗੇਟ ਹੈਗਾ ਸਾਡੇ, ਉਹ ਤਾਜ ਦਾ ਭਰਾ ਦਾ ਮੈਂ ਗਿਆ ਤਾ 1959 'ਚ, ਜਾ ਕੇ ਮੈਂ ਆਪਣੇ ਭਰਾਵਾਂ ਨੂੰ ਮਿਲ ਕੇ ਆਇਆ, ਤਾਏ ਦੇ ਮੁੰਡਿਆਂ ਨੂੰ, ਤਾਏ ਦੇ ਮੁੰਡਿਆਂ ਨਾਲ, ਨਾਨਕਿਆਂ ਨੂੰ ਵੀ, ਮਾਸੀਆਂ ਨੂੰ ਵੀ, ਮਾਸੜਾਂ ਨੂੰ ਵੀ। ਅੱਛਾ, ਤੁਹਾਡੇ ਨਾਨਕੇ ਕਿੱਥੇ ਰਹਿੰਦੇ ਆ ਉੱਥੇ? ਨਾਨਕੇ ਸਾਡੇ 136 ਚੱਕ, ਜ਼ਿਲ੍ਹਾ ਸਰਗੋਧਾ। ਅੱਛਾ! ਡਾਕਖਾਨਾ ਸੇੜਾ ਵਾਲੀ ਨਹਿਰ ਲੱਗਦੀ ਜਨੂਬੀ। ਹਾਂ, ਠੀਕ ਹੈ। ਅਤੇ ਮਾਸੀਆਂ? ਮਾਸੀ ਨਿਯਾਮ 'ਤੇ ਵੀ ਉੱਥੇ ਹੀ ਆ, ਕਰਮੀ ਵੀ ਉੱਥੇ ਹੀ ਆ। ਉਹਦਾ ਮੈਂ, ਤੁਹਾਡੀ ਮਾਸੀ ਦਾ ਪਿੰਡ ਕਿਹੜਾ ਸੀ ਇੱਧਰ? ਪਿੰਡ ਸੀ ਮਾਸੀ ਸਾਡੀ ਘੁਮਾਉਰ ਵਿਆਹੀ ਉੱਥੇ। ਘੁਮਾਉਰ, ਠੀਕ ਹੈ। ਆਹ, ਚੁਸਮਿਆਂ ਪੀਰਾਂ ਦੇ ਚੁਸਮਿਆਂ ਨਾਂ, ਚੁਸਮਿਆਂ ਤੋਂ ਮੈਨੂੰ ਪੱਗ ਆਈ, ਉਹ ਦੇਖੇ ਹੋਣੇ ਚੁਸਮੇ। ਠੀਕ ਠੀਕ। ਹਰ ਵੀਰਵਾਰ ਮੈਂ 6 ਵਜੇ ਉੱਥੇ ਪਹੁੰਚਣਾ, ਟਾਇਰ ਮੈਂ ਦੇਣੀ ਆ, ਤਾਂ ਲੰਗਰ ਖੁੱਲ੍ਹਣਾ। ਵਾਹ ਜੀ! 1988 ਦੀ ਮੈਨੂੰ ਪੱਗ ਉੱਥੋਂ ਆਈ, ਉਹ ਪੀਰ ਦੀ, ਉਹ ਪੱਗ ਦੀ ਲਾਜ ਨੂੰ ਜਾਂਦਾ ਮੈਂ। ਵਾਹ ਜੀ ਵਾਹ! ਅੱਛਾ ਬਾਬਾ ਜੀ, ਥੋੜ੍ਹਾ ਜਿਹਾ ਗੱਲ ਆਪਾਂ ਇਹ ਕਰਨੀ ਵੀ 47 'ਚ ਜਦੋਂ ਤੁਸੀਂ ਇੱਥੇ ਰਹਿ ਗਏ, ਹਾਂਜੀ, ਅਤੇ ਤੁਹਾਡੇ ਤਾਇਆ ਜੀ ਤੁਹਾਨੂੰ ਮਿਲ ਕੇ ਗਏ, ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਕਿ ਚਲੋ ਚੱਲੀਏ ਤੁਸੀਂ? ਉਹਨੇ ਕਿਹਾ ਛੋਲੇ ਬਣਾ ਲੈ ਸਭ ਕੁਝ। ਅੱਛਾ! ਸਾਡਾ ਬਾਪ ਕਹਿੰਦਾ ਇੱਥੇ ਜੰਮੇ ਇੱਥੇ ਮਰੇ, ਅਸੀਂ ਨਹੀਂ ਜਾਣਾ, ਤੁਸੀਂ ਜਾਓ। ਮੈਂ ਆਪਣੇ ਵੀਰੂ ਤਾਏ ਦੇ ਪੀਰ ਸੁਣਦੇ ਆ, ਜੇ ਝੂਠ ਬੋਲਾਂ ਮੈਨੂੰ ਕੱਫਣ ਨਾ ਮਿਲੇ, ਮੈਂ ਭਾਂਡੇ ਆਪਣੇ ਵੀਰੂ ਤਾਏ ਦੇ ਇਸ ਕੋਠੜੀ ਵਾਲੇ ਦੇ ਜਾਂਦਾ ਹੋਇਆ, ਅੱਜ ਮੇਰੇ ਜੱਟ ਕੋਲ ਥੈਂ ਰੱਖ ਗਿਆ ਤਾ, ਮੈਂ ਉਸ ਤੁਹਾਨੂੰ ਰਜਿਸਟਰੀ ਦਿਖਾਉਂਦਾ।
ਸਾਡਾ ਬੁੱਢਾ ਕਹਿੰਦਾ ਮੇਰਾ ਭਰਾ ਚੱਲਿਆ ਕਾਕਾ ਜਾ, ਮੈਂ ਸਿਰ 'ਤੇ ਬੋਰੀ ਉਹਦੀ ਭਾਂਡਿਆਂ 'ਚ ਜਾ ਕੇ ਠਾਣੇ ਛੱਡ ਕੇ ਆਇਆ ਆਪਣੇ ਤਾਏ ਨੂੰ, ਮੈਨੂੰ ਇੱਕ ਰੁਪਈਆ ਨਹੀਂ ਦਿੱਤਾ ਸਾ। ਇੱਥੇ ਤਾਇਆ ਇੱਥੇ ਰਹਿੰਦਾ ਹੁੰਦਾ? ਇੱਥੇ ਰਹਿੰਦਾ, ਸਾਰੇ ਚਾਰ ਭਰਾ ਦੇ ਸਾਡੇ ਬੁੱਢੇ ਇੱਥੇ ਰਹਿੰਦੇ ਸੀ, ਵਿੱਚੇ ਰਹਿੰਦੇ ਸੀ ਸਾਰੇ। ਤਾਂ ਤੁਹਾਨੂੰ ਮੈਂ ਦੱਸਦਾ ਬਈ ਅਸੀਂ ਮੈਂ ਦੁੱਖ ਬਹੁਤ ਦੇਖੇ ਵਾ। ਨਹੀਂ ਠੀਕ ਹੈ ਜੀ, ਮੇਰੀ ਮਾਈ ਆ, ਸਾਰਿਆਂ ਨੂੰ ਪੁੱਛ ਲਓ, ਆਂਢ ਗੁਆਂਢ ਨੂੰ ਪਤਾ, 114 ਸਾਲਾਂ ਦੀ ਹੋ ਕੇ ਮੇਰੀ ਮਾਂ ਮਰੀ ਆ। ਵਾਹ ਜੀ ਵਾਹ, ਇਹ ਹਿਸਾਬ ਲਓ 114 ਸਾਲ। ਮੈਂ ਕਹਿਣਾ ਬੀਬੀ ਬੇ ਇੰਨੀ ਉਮਰ, ਕਹਿੰਦੀ ਕਾਕਾ ਤੂੰ 30 ਪੀੜ੍ਹੀ ਜਾ ਗਿਆ। ਹੁਣ ਮੈਂ ਕਹਿੰਦਾ ਬਈ ਮੈਂ 99 'ਚ ਲੱਗ ਪਿਆ, ਬਈ ਦਾਦਾ ਹੁਣ ਤੂੰ ਮੈਨੂੰ ਚੱਕ ਲੈ। ਨਹੀਂ ਤੁਹਾਨੂੰ ਮੈਂ ਦੱਸਦਾ, ਇੱਕ ਮੈਂ ਦੇਖਿਆ ਹੈਗਾ 96 ਨੇਪਾਲ, ਘੋੜਾ ਬੰਦਾ ਬੁੱਢਾ ਨਹੀਂ ਹੁੰਦਾ ਜੇ ਖੁਰਾਕ ਮਿਲੀ ਜਾਵੇ, ਖੁਰਾਕ ਪੂਰੀ ਮਿਲੇ ਘੋੜਾ ਕਦੇ ਬੁੱਢਾ ਨਹੀਂ ਹੁੰਦਾ, ਬੰਦਾ ਨਹੀਂ। ਹੁਣ ਸਵੇ ਤਕਾਨ ਦੁੱਧ ਦਾ ਗਲਾਸ ਦਿੰਦੇ, ਸਵੇਰ ਨੂੰ ਦਹੀਂ ਦੀ ਕੌਲੀ ਦਿੰਦੇ, ਮੈਂ ਆਪੇ ਜਾ ਕੇ ਛਿੰਝਾਂ ਕਰਾ ਜਾਣੀਆਂ। ਅੱਛਾ ਬਾਬਾ ਜੀ, ਛਿੰਝਾਂ 88 ਸਾਲ ਦੀ ਉਮਰ 'ਚ ਹੁਣ ਕਰਾਉਂਦੇ ਹਾਂ? ਜਾਂਦੇ ਉਹ ਦੇਖੋ ਢੋਲ ਬੰਨਿਆ ਮੈਂ ਜਾਣਾ, ਸਾਈਕਲ 'ਤੇ ਜਾਣਾ। ਅੱਛਾ ਬਾਬਾ ਜੀ, ਐਂ ਦੱਸਣਾ ਵੀ ਜਦੋਂ 47 'ਚ ਸਾਰੇ ਜਣੇ ਚੱਲ ਗਏ, ਹਾਂਜੀ, ਮਨ ਤਾਂ ਉਦਾਸ ਹੋਇਆ ਹੋਣਾ ਇੱਕ ਵਾਰੀ ਸਾਰੀ ਬਰਾਦਰੀ ਚੱਲ ਗਈ? ਦੇਖੋ ਜੀ, ਅਸੀਂ ਤਾਂ ਸੀਗੇ ਤੁਹਾਨੂੰ ਦੱਸਿਆ 15-16 ਸਾਲਾਂ ਦੇ, ਸਾਡਾ ਕੀ ਹੁਣ ਕਬਰੋਟ ਦੇ, ਤਾਂ ਬਾਕੀ ਮਾਂ ਦਾ ਬਾਪ ਦਾ ਹੋਇਆ, ਜਿਹਦੇ ਭਰਾ ਉੱਧਰ ਸੀਗੇ ਉਹਦੇ ਚਲ ਗਏ, ਉਹਨਾਂ ਦਾ ਤਾਂ ਹੋਇਆ ਹੋਊ। ਉਹ ਤਾਂ ਮਾਂ ਜੇ ਮਾਂ ਜਾਂ ਤੁਹਾਡਾ ਭਰਾ ਪਿਓ ਰੋਂਦੇ ਰਹੇ ਬਾਅਦ 'ਚ ਯਾਦ ਕਰਕੇ ਆਪਣੇ ਭਰਾਵਾਂ ਨੂੰ? ਰੋਂਦੇ ਤਾਂ ਰੋਂਦੇ ਤਾਂ ਹੁੰਦੇ ਜੀ ਸਿਆਣੇ, ਤੁਸੀਂ ਆ ਸਿਆਣੇ। ਮੈਂ ਹੁਣ ਕੱਢਿਆ ਪਹਿਲਾ ਗਾਣਾ, ਇਹ ਦਿਲਦਾਰ ਨੇ ਗਰਜੇ ਵਾਲਿਆਂ ਨੇ ਉਹਦੇ ਨਾਨਕੇ ਇੱਥੇ ਆ ਗਲਜਾ ਦਿਲਦਾਰ ਦੇ ਮਰਾਸੀ ਦੇ, ਇਹ ਅਕਾਲਿਆ ਉਹਨ ਗਾਣਾ ਪਹਿਲਾਂ ਗਾਇਆ ਤਾਂ ਵਿਛੜਨ ਵਿਛੜਨ ਕਰਦੇ ਹਾਂ, ਜਦ ਵਿਛੜੂਗੀ ਤਾਂ ਪਤਾ ਲੱਗ ਜਾਊਗਾ। ਹੁਣ ਜਦ ਉਹ ਵਿਛੜੇ ਤਾਂ ਬਈ ਹੁਣ ਪਤਾ ਤਾਂ ਲੱਗਣਾ ਹੀ ਲੱਗਣਾ ਹੀ ਆ, ਇਹ ਗੱਲ ਉਹਦੀ ਸਹੀ ਆ। ਸਹੀ ਆ, ਜਿਹਨਾਂ ਨੂੰ ਪੈਂਦੀ ਪਤਾ ਲੱਗਦਾ। ਆਹ ਹੁਣ ਮੇਰੇ ਘਰ ਵਾਲੀ ਆ, ਇਹਦਾ ਪਾਰਸਲ ਨੂੰ ਮੈਂ 1.25 ਮਹੀਨਾ ਹੋ ਜਾਣਾ ਇਹਨੂੰ ਮਰ ਗਏ ਨੂੰ, ਦੇਖ ਲਓ ਸ਼ਕੀਨਾ ਨਾ ਸੀ ਇਹਨਾਂ ਦਾ। ਹਾਂ ਸ਼ਕੀਨਾ ਪਾਰਸਲ ਨੂੰ, ਇਹ 75 ਸਾਲਾਂ ਦੀ ਸੀ। ਪਿੰਡ ਕਿਹੜਾ ਸੀ? ਨੱਥੇ ਵਾਲਾ, ਧਨੀ ਪਿੰਡ ਦੇ ਨਾਲ। ਜੀ ਜੀ, ਧਨੀ ਪਿੰਡ ਨੱਥੇ ਵਾਲੇ ਰੁੜਕੀ ਢੇਸੀਆਂ, ਇਹ ਕੋਲੇ ਕੋਲ ਵਾ। ਗੱਲਾਂ ਕਰਦੀ ਮੁੱਕੀ ਹੈ ਐਸੇ ਮੰਜੇ 'ਤੇ, ਇੱਥੇ ਮੈਂ ਪਹਿਨਾ ਦੇ ਸਹਿ ਲਓ। ਕਿੰਨੇ ਕੁ ਬੰਦੇ ਰਹਿ ਗਏ ਤੁਹਾਡੀ ਬਰਾਦਰੀ ਦੇ? ਕਿੰਨੇ ਕਿੰਨੇ ਪਿੰਡਾਂ 'ਚ ਰਹਿ ਗਏ? ਸਾਡੇ ਭਰਾਈਆਂ ਦੇ ਤਾਂ ਹੈਗੇ ਗੋਂਦਪੁਰ ਵੀ ਬਹੁਤ ਵਾ। ਗੋਂਦਪੁਰ? ਆਹ ਗੋਂਦਪੁਰ ਸਰਿਆਲ ਦੇ ਨਾਲੇ, ਠੀਕ ਹੈ। ਸ਼ੇਖਪੁਰ ਬਖਲੌਰ ਵੀ ਤਾਂ ਮੁਸਲਮਾਨ ਤਾਂ ਬਹੁਤ ਆ, ਭਰਾਈਆਂ ਦੀ ਗੱਲ ਕਰਦਾ। ਹਾਂਜੀ, ਭਰਾਈ ਸ਼ੇਖਪੁਰ ਬਖਲੌਰ ਵੀ ਆ, ਕੋਟ ਵੀ ਆ ਜੀ, ਟਡਵਾੜੀ ਵੀ ਆ। ਹਾਂਜੀ ਹਾਂਜੀ, ਟਡਵਾਣੀ ਮੇਰੇ ਭਾਣਜੇ ਵਿਆਹ ਹੋਇਆ, ਅਮਰੀਕਾ ਵਾਲਾ ਵੀ, ਦੂਆ ਵੀ ਟਡਵਾਣੀ ਵਿਆਹ ਹੋਇਆ। ਤੁਸੀਂ ਫਿਰ ਜਦੋਂ ਪਾਕਿਸਤਾਨ ਗਏ ਉਦੋਂ ਤੁਹਾਡੇ ਅੱਬਾ ਮਾਂ ਜਿਉਂਦੇ ਸੀ? ਉਹ ਜਿਉਂਦੇ, ਸਾਡੀ ਮਾਈ 3-4 ਵਾਰੀ ਜਾਏ ਪਾਕਿਸਤਾਨ, ਮਿਲ ਕੇ ਆਉਂਦੀ ਰਹੀ ਭਰਾਵਾਂ ਨੂੰ। ਤੁਸੀਂ ਨਾਲ ਗਏ ਸੀ? ਮੈਂ ਇਕੱਲਾ ਗਿਆ ਸੀ, ਸਾਡੀ ਛੋਟੀ ਭੈਣ ਜਾਂਦੀ ਸੀ ਗੋਂਦਪੁਰ ਵਾਲੀ। ਅੱਛਾ, ਜਦੋਂ ਪਹਿਲੀ ਵਾਰੀ ਗਏ ਬੜਾ ਚਾਅ ਹੋਣਾ ਵੀ ਭਰਾ ਨੂੰ ਮਿਲਣਾ? ਮੈਂ ਕਿਹਾ ਪੁੱਛੋ ਹੀ ਨਾ, ਵਿਛੜਿਆ ਜਾ ਹੋਣਾ ਹੋਣਾ ਹੀ ਆ। ਫਿਰ ਮੈਂ ਇਹਦੇ ਨਹੀਂ ਘਰਦਿਆਂ ਨੇ ਮੇਰਾ ਵਿਆਹ ਬੰਨ ਤਾ, ਜਦ ਮੈਂ 1969 'ਚ ਮੇਰਾ ਵਿਆਹ ਹੋਇਆ, ਤਾਂ ਮੈਂ ਵਿਆਹ ਦੇ 8 ਦਿਨ ਪਹਿਲਾਂ ਆਇਆ ਸਾ ਪਾਕਿਸਤਾਨੋਂ। ਅੱਛਾ, ਤਾਂ ਇਹ ਤੁਸੀਂ ਹਿਸਾਬ ਲਾ ਲਓ। ਭਾਅ ਜੀ, ਤੁਸੀਂ ਪਹਿਲੀ ਵਾਰੀ ਗਏ ਆ? ਹਾਂਜੀ। ਬਹੁਤ ਜੱਫੀ ਪਾ ਕੇ ਰੋਏ ਹੋਣੇ ਪਏ? ਉਹ ਵੀ ਰੋਂਦੇ ਨੇ। ਜਿੰਦਾ ਸੀ ਤੂੰ? ਹਾਂਜੀ, ਤਾਇਆ ਸੀ। ਤਾਇਆ ਜਿੰਦਾ ਸਾ, 390 ਚੱਕ ਅਡਰਾਂ ਵਾਲੇ ਬਜਵਾੜਾ 'ਚ ਮੈਨੂੰ ਮਿਲ ਗਿਆ, ਤਾਂ ਮੇਰੀ ਭੂਆ ਬਗਾਣੇ ਵਾਲੀ ਦੇ ਕੋਲ ਸਾ ਉਹ। ਆਹ ਜਿਹੜਾ ਬਗਾਣਾ? ਬਗਾਣਾ ਇੱਥੇ ਮੇਰੀ ਭੂਆ ਸੀ। ਉਹ ਕਿੱਥੇ ਰਹਿੰਦੇ ਬਗਾਣੇ ਵਾਲੇ? 390 ਚੱਕ ਅਡਰਾਂ ਵਾਲਾ ਬਜਵਾੜਾ। ਅੱਛਾ, ਅਡਰਾਂ ਵਾਲਾ ਬਜਵਾੜਾ, ਆਧੀ ਦੀ ਖੂਹੀ ਵੱਜਦੀ ਆ ਜਿੱਥੇ ਉਤਰ ਕੇ ਜਾਣਾ। ਜੀ ਜੀ, ਅੱਛਾ। ਤਾਂ ਨਾਲੇ ਹੈਗਾ ਆ ਟੇਕੂ ਟੋਭਾ। ਬਾਬਾ ਜੀ, ਮੈਂ ਸਾਰਿਆਂ ਨੂੰ ਮਿਲ ਕੇ ਆਇਆ ਉੱਥੇ। ਸਾਰਿਆਂ ਨੂੰ ਮਿਲਿਆ ਜੀ ਮੈਂ। ਕੀ ਹਾਲ ਚਾਲ ਨੇ ਉਹਨਾਂ ਦੇ ਉੱਥੇ? ਉਦੋਂ ਤਾਂ ਖਰੇ ਸੀ ਜੀ। ਅਤੇ ਤੁਹਾਡੇ ਹੁਣ ਵਿਆਹ ਉੱਧਰ ਵੀ ਹੋਇਆ ਕਿਸੇ ਬੱਚੇ ਦਾ ਜਾਂ ਇੱਧਰ ਹੀ ਹੋਏ ਸਾਰੇ? ਇੱਧਰ ਹੀ ਆ। ਆਹ ਬੜਾ ਮੁੰਡਾ ਵਿਆਹ ਆ ਫੁਆੜੇ ਦੇ ਨਾਲ, ਨੰਗਲ। ਜੀ ਜੀ, ਨੰਗਲ ਖੇੜਾ। ਛੋਟਾ ਮੁੰਡਾ ਵਿਆਹ ਆ ਬਿਲਗੇ ਦੇ ਨਾਲ, ਗਮਟਾਲੀ ਆ। ਹਾਂਜੀ, ਉੱਥੇ ਇੱਕ ਕੁੜੀ ਬੜੀ ਵਿਆਹੀ ਉਹ ਗੋਂਦਪੁਰ, ਉਹਦੇ ਛੋਟੀ ਵਿਆਹੀ ਉਹ ਢਾਡੇ ਬੜੇ, ਉਹਦੇ ਛੋਟੀ ਨਸਰੀ ਵਿਆਹੀ। ਨਸਰੀ, ਹਾਂਜੀ। ਬਾਬਾ ਜੀ, ਇੱਦਾਂ ਹੈ ਕਿ ਜਿਹੜੀ ਮਸੀਤ ਸੀ ਤੁਹਾਡੀਆਂ, 2 ਮਸੀਤਾਂ ਸੀ? ਹਾਂਜੀ। ਉਹਨਾਂ 'ਚੋਂ ਹੁਣ ਤੁਸੀਂ ਉੱਥੇ ਕਰਦੇ ਆ ਨਮਾਜ਼? ਆ ਜਾ, ਤੁਹਾਨੂੰ ਦਿਖਾਉਣਾ, ਤੁਸੀਂ ਕਹੋਗੇ ਮਸੀਤ ਵਾ ਕਿ ਚੁਬਾਰੇ। ਅੱਛਾ, ਪੂਰੀ ਸੰਭਾਲੀ ਆ? ਪੂਰੀ ਸੰਭਾਲੀ ਉਹ ਆ, ਸਪੀਕਰ ਰੱਖਿਆ ਅਜਾਨ ਵੇਲੇ, ਸਪੀਕਰ ਅਜਾਨ ਦੇਣੀ ਜਨਾਣਾ ਆ ਜਾਏ। ਮਤਲਬ ਇਸ ਪਿੰਡ ਵਾਲਿਆਂ ਨੇ ਤੁਹਾਨੂੰ ਬਾਅਦ 'ਚ ਕਿਸੇ ਨੇ ਕੁਛ ਨਹੀਂ ਕਿਹਾ? ਕਦੇ ਵੀ ਨਹੀਂ ਕਿਹਾ।
ਪਿੰਡ ਚੰਗਾ ਹੈ ਜੀ? ਪਿੰਡ ਚੰਗਾ ਤੁਹਾਨੂੰ ਦੱਸਿਆ ਵੀ ਹਰੇਕ ਦੇ ਵਿਆਹ ਹੋਵੇ ਸਾਨੂੰ ਸਾਦੇ ਜਾਂ ਸਾਡੇ ਹੋਵੇ ਹਰੇਕਾਂ ਦਾ। ਵਾਹ ਜੀ ਵਾਹ ਵਾਹ। ਭੈਣ ਭਰਾਵਾਂ ਮੰਗੋ ਅਸੀਂ ਐਵੇਂ ਕਹਿਣ ਨੂੰ ਕੀ ਕਹੀਏ। ਜਦੋਂ ਉੱਥੇ ਗਏ ਤੁਸੀਂ, ਹਾਂਜੀ, ਅਤੇ ਤੁਹਾਨੂੰ ਇੱਧਰਲੇ ਤੁਹਾਡੇ ਪਿੰਡ ਦੇ ਬਾਕੀ ਵੀ ਮਿਲੇ, ਬਾਕੀ ਬਰਾਦਰੀਆਂ ਦੇ ਬੰਦੇ? ਬਾਕੀ ਸਾਨੂੰ ਮਿਲੇ ਸੀ ਜੀ ਲੱਖ ਭੁੱਲ ਗਿਰੀ ਦਾ ਰਜਪੂਤ। ਅੱਛਾ, ਉਹ ਲੱਖ ਭੁੱਲ ਗਿਰੀ ਆ ਹੈਗੀ ਆ ਜੀ। ਉੱਥੇ ਦੇ ਮਹਿੰਦੀ ਹੁਣੀ ਰਜਪੂਤ ਮਿਲੇ ਸੀ। ਉਹ ਕਿਹੜੇ ਪਿੰਡ ਰਹਿੰਦੇ ਆ? ਉਹ ਉੱਥੇ ਮੇਰੇ ਨਾਨਕੇ ਰਹਿੰਦੇ 136 ਜਗ ਉੱਥੇ। ਬਾਕੀ ਆ ਕਰਮਲਾਹੀ ਹੋਣੀ, ਜਮਾਲੇ ਹੋਣੀ, ਫਤਿਹ ਹੋਣੀ, ਇਹ ਲੈਲ ਪਰ ਬੈਠੇ ਚੌਲ ਦੀ ਦੁਕਾਨ ਪਾਈ ਆ। ਅੱਛਾ ਜੀ। ਇੱਦਾਂ ਇਸ ਬਾਜ਼ਾਰ ਬਣ ਜਾ, ਜਿਹੜੇ ਮਰਜ਼ੀ 7 ਬਾਜ਼ਾਰ ਵਾ ਲੈਲਪੁਰ ਦੇ, ਜਿਹੜੇ ਮਰਜ਼ੀ ਬਾਜ਼ਾਰ ਬਣ ਜਾ, ਜਦ ਨਿਕਲਣਾ ਘੰਟਾ ਘਰ ਦੇ ਥੱਲੇ ਆ ਕੇ ਨਿਕਲਣਾ, ਜਿੱਧਰ ਮਰਜ਼ੀ ਘੁੰਮਿਆ ਨਿਕਲਣਾ ਉੱਥੇ ਜਾ ਕੇ ਨਿਕਲਣਾ। ਉੱਥੇ ਜਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਐ ਤਾਂ ਨਹੀਂ ਮਹਿਸੂਸ ਕੀਤਾ ਯਾਰ ਉੱਥੇ ਚੱਲ ਜਾਂਦੇ ਚੰਗੇ ਸੀ? ਜੇਲ੍ਹ 'ਚ ਨਹੀਂ ਆਇਆ? ਨਹੀਂ ਆਇਆ, ਨਹੀਂ ਆਇਆ। ਐਵੇਂ ਕਹਿ ਜੇ ਜੇ ਤੁਸੀਂ ਦੱਸਦੇ ਆ ਵੀ 47 ਦੇ ਵਿੱਚ ਤੁਹਾਡਾ ਇੱਕ ਤਾਇਆ ਇੱਥੇ ਫੌਤ ਹੋ ਗਿਆ ਸੀ, ਇੱਥੇ ਸੀ ਮੇਰੇ ਵਾਲੇ ਥਾਂ, ਇਹ ਉਹ ਕਿੱਦਾਂ ਹੋਈ ਸੀ, ਉਹਨੂੰ ਕੀ ਹੋਇਆ ਸੀ? ਉਹਨੂੰ ਉੱਦਾਂ ਆਪਣੀ ਆਏ, ਕਿਸੇ ਨਹੀਂ ਕੁਛ ਗਿਆ। ਅੱਛਾ। ਬਾਕੀ ਸਾਡੇ ਆ ਸੀਗੇ ਪੇਂਜਿਆਂ ਦੇ ਮੁੰਡੇ, ਉਹ ਆ ਛੀਂਬਿਆਂ ਦੇ ਮੁੰਡੇ ਨਾਲ ਗਿਆ, ਜਿੱਦਾਂ ਲਜਾਨੇ ਮੰਜੇ 'ਤੇ ਅਸੀਂ ਲੈ ਕੇ ਗਿਆ, ਕਬਰ ਕੱਢੀ, ਉੱਦਾਂ ਦੱਬਿਆ, ਕਿਸੇ ਸਾਨੂੰ ਰਾਹ 'ਚ ਨਹੀਂ ਕਿਸੇ ਨੇ ਕੁਛ ਗਿਆ। ਅੱਛਾ ਅੱਛਾ। ਦੱਬ ਕੇ ਆਏ ਹਾਂ ਰੌਲਿਆਂ 'ਤੇ, ਜਾਣੀ 15 ਦਿਨੀ ਬਾਅਦ ਉੱਦਾਂ ਹਾਲੇ ਮਾੜੇ ਮਾੜੇ ਸੀਗੇ, ਕਿਸੇ ਨੇ ਕੁਛ ਨਹੀਂ ਕਿਹਾ, ਸਮਾਂ ਬੰਦੇ ਨਾਲ ਇੱਥੋਂ ਗਏ ਸਾਡੇ ਉੱਦਾਂ। ਹਾਲਾਂਕਿ ਤੁਹਾਡੇ ਨੇੜੇ ਤੇੜੇ ਬੜਾ ਜ਼ੋਰ ਸੀਗਾ ਜਿਹੜੇ ਹਮਲਾ ਕਰਨ ਵਾਲਿਆਂ ਦਾ? ਉਹ ਸਾਡਾ ਪਿੰਡ ਖਰਾ ਸਾ, ਸਾਡੇ ਪਿੰਡ ਅੜਦਾ ਦਾ ਮੋਹਰੇ ਜ਼ਿਲ੍ਹੇਦਾਰ ਦੇ 4 ਪੁੱਤ ਸੀ, ਜ਼ਿਲ੍ਹੇਦਾਰਨੀ ਕਹਿੰਦੀ 4 ਕੁਰਬਾਨ ਕਰ ਦੇਣੇ ਆ, ਅਤੇ ਇਹਨ ਘੋੜੀ ਦੇ ਉੱਤੇ ਸਾਡਾ ਜੀ ਜ਼ਿਲ੍ਹੇਦਾਰ ਨੇ ਪਹਿਰਾ ਦਿੱਤਾ ਮੁਸਲਮਾਨ ਦਾ, ਐਵੇਂ ਚੁਣੀ ਕਹਿੰਦੇ, ਮੈਂ ਕਹਿੰਦਾ ਰੱਜ ਕੇ ਖਾਣ ਦਾ ਹੀ ਕੋਕੇ ਬਸੇ ਉਹਨਾਂ ਦਾ ਟੱਬਰ। ਉਸ ਵੇਲੇ ਦੀ ਕੋਈ ਹੋਰ ਗੱਲ ਸੁਣਾਓ, ਕੋਈ ਜਿਹੜੀ ਤੁਹਾਡੇ ਸਾਹਮਣੇ ਕੋਈ ਘਟਨਾ ਹੋਈ ਹੋਵੇ ਜੋ ਤੁਸੀਂ ਥਾਣੇ ਛੱਡਣ ਗਏ। ਥਾਣੇ ਕਿਹਨੂੰ ਛੱਡਣ ਗਏ ਸੀ? ਮੈਂ ਆਪਣੇ ਤਾਏ ਨੂੰ, ਵੀਰੂ ਨੂੰ, ਇਸ ਘਰ ਵਾਲੇ ਨੂੰ। ਅੱਛਾ। ਉਹ ਭਾਂਡੇ ਸੀਗੇ ਵਿੱਚ ਪਾ ਜਾਂਗ ਜਿਹੀ ਲਾਂਗ ਜੇ ਰੁਪਈਏ ਸੀ ਕੇ ਪਾ ਲਿਆ ਹੁਣ, ਤਾਂ ਮੁੰਡੇ ਨੇ ਮੈਨੂੰ ਪੁੱਛਿਆ ਨੇ, ਕਹਿੰਦਾ ਕੋਈ ਤੈਨੂੰ ਦਿੱਤਾ? ਮੈਂ ਕਿਹਾ ਮੈਂ ਨਹੀਂ। ਕਹਿੰਦਾ ਪੈਸੇ ਪਿਆਰੇ ਹੋਏ, ਮੁੰਡੇ ਨੇ ਇਹ ਗੱਲ ਕਹੀ। ਫਿਰ ਮੈਂ ਉੱਥੇ ਛੜੇ ਦੇ ਉੱਤੇ ਭਾਂਡਿਆਂ ਦੀ ਬੋਰੀ ਰੱਖ ਕੇ ਉੱਦਾਂ ਹੀ ਆ ਗਿਆ ਨੰਗੀ ਧੜ, ਕਿੰਨੇ ਨਹੀਂ ਕੁਛ ਕਿਹਾ, ਐਵੇਂ ਕੇਕੇ ਕਹੀਏ ਸੀ। ਤੁਹਾਡੀ ਮਾਂ ਫਿਰ ਆਪਣੇ ਭਰਾਵਾਂ ਨੂੰ, ਕਿੰਨੇ ਭਰਾ ਤੁਹਾਡੇ, ਮਾਮੇ ਕਿੰਨੇ ਸੀ? ਮੇਰੇ ਮਾਮੇ ਸੀਗੇ ਜੀ 2 ਸਕੇ, ਇਹ ਬੜੇ ਨਾਂ ਸੀਗਾ, ਇਹ ਦੁਆ ਮੀਨੇ ਲੱਪੇ ਫਜਲੀ, ਬੜੇ ਨਾਂ ਫਜਲੀ, ਛੋਟਾ ਜਿਹੜਾ ਸੀ ਉਹਨਾਂ ਗੁਲਾਮ ਮੁਹੰਮਦ ਸੀਗਾ, ਬੜੇ ਦਾ ਮੁੰਡਾ ਇੱਕ ਮਸਕੀਨਾ ਸੀ, ਤਾਂ ਗੁਲਾਮ ਮੁਹੰਮਦ ਦੇ 2 ਮੁੰਡੇ ਸੀ ਨਜ਼ੀਰ ਅਤੇ ਸ਼ਰੀਫ। ਹੁਣ ਉੱਧਰ ਕੀ ਕਰਦੇ ਹੋ? ਉਹ ਖੇਤੀ ਕਰਦੇ ਜੀ, ਜ਼ਮੀਨਾਂ ਲੈ ਲਈਆਂ ਉਹਨਾਂ ਨੇ, ਜ਼ਮੀਨਾਂ ਹੁਣ ਲਈਆਂ, ਖੜੇ ਨੇ ਲਈਆਂ, ਸਾਡੇ ਨਾਨੇ ਦੀਆਂ ਜਿਹੜੀਆਂ ਲਈਆਂ ਉਹੀ ਉਦੋਂ ਤਾਂ ਬਾਂਹਦੇ ਸੀ ਜਦ ਮੈਂ ਗਿਆ। ਕੋਈ 47 'ਚ ਤੁਸੀਂ ਆਪਣੇ ਨਾਨਕਿਆਂ ਦੇ ਗਏ, ਦੱਸਦੇ ਨਾਨਕਿਆਂ ਦੇ ਗਏ ਸੀ? ਨਹੀਂ, ਤੁਸੀਂ ਗਏ ਸੀ 47 ਦੇ ਵਿੱਚ ਬੇਗੋਂਪੁਰ ਗਿਆ ਸਾ। ਇਹ ਗੱਲ ਸੁਣਾਓ, ਕੀ ਦੇਖਿਆ 47 'ਚ? ਬਸ ਇਹ ਜੀ, ਉੱਥੇ ਦੇਖ ਲਾ ਬਈ, ਮੈਂ ਬੈਠਾ ਰਿਹਾ ਆਧਾਰ ਮੇਰੇ ਘਰ, ਮੈਂ ਗਿਆ ਸਾ ਆਪਣੇ ਮਾਮਾ ਜਿਹੜਾ ਸੀ ਸਾਡੀ ਮਾਸੀ ਦਾ ਮੁੰਡਾ ਮਾਮਾ, ਉਹਨੂੰ ਦੇਖਣ ਗਿਆ ਸਾ, ਤਾਂ ਉਦੋਂ ਫਿਰ ਇਹਨਾਂ ਦੇ ਨਾਲ ਸਿੱਖਾਂ ਨੇ ਜਸਿਆ ਨਾ ਲੈ ਜਾ, ਫਿਰ 8 ਦਿਨ ਫਿਰ ਸੜੋਆ ਅੜਿਆ ਰਿਹਾ ਸਾ, 8 ਦਿਨ ਅੜਿਆ ਰਿਹਾ, ਤਾਂ ਮੈਂ 8 ਦਿਨ ਆਹ ਧਰਮੀਆਂ ਦੇ ਘਰ ਰਿਹਾ, ਉਹਨੇ ਲੁਕੋ ਕੇ ਰੱਖਿਆ ਵੀ ਤੂੰ ਸਾਡਾ ਦੋਸਤ ਆਇਆ। ਵਾਹ ਜੀ ਵਾਹ। ਤਾਂ ਮੈਂ ਤੁਹਾਨੂੰ ਦੱਸਦਾ, ਉਹ ਹੁਣ ਵੀ ਜਦ ਚੁਸਮੀ ਆਉਂਦੇ ਆ, ਕਹਿੰਦੇ ਤੂੰ ਸਾਡਾ ਦੋਸਤ ਆ, ਝੀਰਾਂ ਦੇ ਮੁੰਡੇ, ਉਹ ਕਹਿੰਦੇ ਭਾਣਜੇ ਕਿੱਦਾਂ, ਮੈਂ ਕਿਹਾ ਮਾਮਾ ਠੀਕ ਆ, ਮੈਂ ਪੈਰੀਆਂ ਹੱਥ ਲਾਉਣਾ ਉਹਨਾਂ ਦੇ, ਜਦ ਉਸ ਪਿੰਡ ਦੇ ਮੇਰੇ ਮਾਮੇ ਹੀ ਲੱਗੇ ਹੋ ਜਿਹਨਾਂ ਦੇ ਘਰ ਦੇ ਹਾਂ ਮੇਰੇ ਉਦੋਂ। ਹਾਂਜੀ, ਤੁਸੀਂ ਲੜਾਈ ਫਿਰ ਹੁੰਦੀ ਦੇਖੀ ਜਾਂ ਦੂਰੋਂ ਦੂਰੋਂ ਹੀ ਆਵਾਜ਼ ਸੁਣਦੀ ਸੀ? ਨਹੀਂ ਜੀ, ਗੋਲੀਆਂ ਚੱਲਦੀਆਂ ਸੀ, ਐਵੇਂ ਕਹੀ ਬੇਜੀ ਅੰਦਰ, ਐਵੇਂ ਝੂਠਾ ਜੀ, ਮੈਂ ਇੱਕ ਵਾਰੀ ਝੂਠ ਬੋਲਿਆ 100 ਵਾਰੀ ਬੋਲੂ, ਬਹੁਤ ਸੜੋਆ ਰਾਜਪੂਤਾਂ ਦਾ, ਬਹੁਤ ਤਕੜਾ, ਬਹੁਤ ਤਕੜਾ ਦਾ। ਇੱਕ ਗੱਲ ਵਾ ਬਈ, ਜੇ ਨਾ ਨਿਕਲਦੇ ਉਹਨਾਂ ਦੀਆਂ ਚਿੱਠੀਆਂ ਚੁੱਠੀਆਂ ਆ ਗਏ, ਜੇ ਨਾ ਨਿਕਲਦੇ ਖਰੇ ਹਲੇ 10 ਦਿਨ ਹੋਰ ਅੜੇ ਰਹਿੰਦੇ, ਅਸਲਾ ਉਹਨਾਂ ਕੋਲ ਬਥੇਰਾ ਥਾ, ਅਸਲਾ ਇੱਦਾਂ ਦਾ ਵੀ ਸਾਰੇ ਤਾਂ ਨੌਕਰ ਸ਼ੌਕਰ ਸੀ। ਐਕਚੁਲੀ ਹੁਣ ਪਤਾ ਲੱਗਦਾ ਵੀ ਅਸਲਾ ਵੀ ਨਹੀਂ ਸੀ ਉਹਨਾਂ ਕੋਲ ਬਹੁਤਾ, ਇੱਕ ਬੰਦਾ ਲੜਿਆ, ਉਹ ਦੌੜ ਦੌੜ ਕੇ ਕਦੀ ਇਸ ਖੂੰਜੇ ਤੋਂ ਫਾਇਰ ਕਰਦਾ ਸੀ, ਕਦੀ ਉਸ ਖੂੰਜੇ ਤੋਂ ਫਾਇਰ ਕਰਦਾ ਸੀ। ਜਿਹੜੇ ਹਮਲਾ ਕਰਨ ਗਏ ਸੀ ਉਹਨਾਂ ਨੂੰ ਇਉਂ ਲੱਗਿਆ ਵੀ ਬਹੁਤ ਅਸਲਾ ਇਹਨਾਂ ਕੋਲ, ਅਸਲਾ ਬਹੁਤ, ਬੰਦਾ ਇੱਕੋ ਹੀ ਸੀਗਾ। ਅੱਛਾ। ਹਾਂ, ਫੌਜ 'ਚੋਂ ਆਇਆ ਸੀ, ਅਤੇ ਉਹਦਾ ਚਲੋ ਇਹ ਗੱਲ ਹੋਈ ਕਿ ਚੰਗੀ ਕਿਸਮਤ ਇਹ ਹੋਈ ਇਹਨਾਂ ਦੀ ਮੁਸਲਮਾਨਾਂ ਦੀ ਕਿ ਕੋਈ ਗੱਡੀ ਆਈ ਨਿਕਲ ਗਿਆ, ਫਿਰ ਉਹ ਉਹਨਾਂ ਨੂੰ ਐਂ ਲੱਗਿਆ ਜਿਹੜੇ ਧਾੜਵੀ ਸੀਗੇ ਕਿ ਫੌਜ ਆ ਗਈ, ਅਤੇ ਇਸ ਕਰਕੇ ਉਹ ਭੱਜ ਗਏ।
ਤਕੜੇ ਬੰਦੇ ਉਹ ਨਾਲੇ ਵਧੀਆ ਹੋਵੇ ਮਾਲਕ ਕੋਈ ਨਾ ਕੋਈ ਬਹਾਨਾ ਬਣਾਉਂਦਾ। ਠੀਕ ਹੈ ਜੀ। ਤੁਹਾਨੂੰ ਕਦੀ ਕਦੀ ਤੁਹਾਡਾ ਰੁੱਗ ਭਰਿਆ ਜਾਂਦਾ ਹੋਣਾ ਜੋ ਤੁਸੀਂ 47 ਤੋਂ ਪਹਿਲਾਂ ਬਾਰੇ ਸੋਚਦੇ ਹੋਣੇ, ਆਹ ਵੀ ਮੁਸਲਮਾਨਾਂ ਦਾ ਘਰ ਸੀ, ਆਹ ਵੀ ਸੀਗਾ, ਦੇਖੋ ਆਹ ਵੀ ਥਾਂ ਉਹਨਾਂ ਦਾ ਸੀ ਆਪਣਿਆਂ ਦਾ। ਜਾਈਦਾ ਕਹੀਦਾ ਫਲਾਨਾ ਨਿਕਲਦਾ ਸੀ, ਕਬੱਡੀ ਖੇਡਣ ਜਾਂਦੇ ਤੇ ਰਾਤ ਨੂੰ ਅਸੀਂ ਲੋਕਣ ਮਿਚਾ ਖੇਡਦੇ ਤੇ ਹੁਣ ਆਉਂਦੇ ਤਾਂ ਹੈਗੇ ਆ ਖਿਆਲ ਤਾਂ ਐਵੇਂ ਕਹਿਣ ਨੂੰ ਕਹਿਣਾ ਚੇਤੇ ਤਾਂ ਆਉਂਦੇ ਆ, ਪਰ ਹੁਣ ਮਜਬੂਰੀ ਆ। ਕੀ ਹੋ ਸਕਦਾ, 88 ਸਾਲ ਦਾ ਹੋ ਗਿਆ ਵੇ, ਹੁਣ ਮਜਬੂਰੀ ਆ, ਹੁਣ ਤਾਂ ਗਾਂ ਦੀ ਤਿਆਰੀ ਆ। ਬਾਬਾ ਜਿਹੜੇ ਤੁਹਾਡੇ ਨਾਲ ਖੇਡਦੇ ਸੀ ਇੱਥੇ ਮੁਸਲਮਾਨਾਂ ਦੇ ਬੱਚੇ, ਹਾਂਜੀ, ਅਤੇ ਬਾਅਦ 'ਚ ਚਲ ਗਏ 47 'ਚ, ਹਾਂਜੀ, ਉਹ ਫਿਰ ਮਿਲੇ ਜਦੋਂ ਤੁਸੀਂ ਗਏ? ਨਾ ਮਿਲੇ। ਕੀ ਨਾਂ ਕੀ ਸੀ ਉਹਨਾਂ ਦੇ, ਨਾਂ ਦੱਸ ਦਿਓ। ਇੱਕ ਨਾ ਫਜਲਾ ਸੀ। ਕਿਹਦਾ ਮੁੰਡਾ ਸੀ ਉਹ? ਸੀਗਾ ਕਰਮਲਾਹੀ ਦਾ ਜੀ। ਇੱਕ ਦੁਆ ਹੁੰਦਾ ਸੀਗਾ ਫਿੰਨਾ, ਇੱਕ ਨਾ ਸਰਦਾਰ ਸੀ, ਇੱਕ ਮੀਦੋ ਸੀ, ਇੱਦਾਂ ਦੇ ਇਕੱਠੇ ਖੇਡਦੇ ਹੁੰਦੇ ਸੀ ਜੀ ਜੀ। ਆਹ ਸਾਰੀ ਲੈਨ, ਆਹ ਜਿਹੜਾ ਹੋਟਲ ਬਣਿਆ ਆ ਪੈਰਸ, ਇੱਥੋਂ ਚੱਲ ਕੇ ਉਹ ਫੁਆੜ ਦੇ ਜਿੱਥੇ ਭਾਂਡੇ ਦੀ ਦੁਕਾਨ ਵਾ ਉਹ ਟਾਹਲੀ ਸਾਈ, ਉੱਥੇ ਸਾਈ ਰਾਈਆਂ ਦੀ, ਦੋਹੀਂ ਪਾਸੇ ਰਾਈਆਂ ਦੇ ਘਰ ਹੁੰਦੇ ਸੀ। ਅੱਛਾ। ਇੰਨੇ ਮੁਸਲਮਾਨ ਸੁਣਦੇ ਸੀ, ਦੋ ਮਸੀਤਾਂ ਸੀ, ਇੱਕ ਇੱਧਰ ਸੀ, ਇੱਕ ਇੱਧਰ ਸੀ ਆ ਸਾਡੇ ਜੀ ਜੀ, ਇਹ ਮਸੀਤਾਂ ਸਾਡੀਆਂ ਉੱਧਰ ਸਾਨੂੰ ਨਿਕਲ ਗਿਆ ਰੌਲਿਆਂ ਤੇ, ਮਹੀਨੇ ਬਾਅਦ ਅਜਾਨਾ ਦੇਣ ਲੱਗ ਪਿਆ ਸਾਨੂੰ ਨਿਕਲੇ ਵੀ ਗਿਆ। ਦੇਖੋ ਜੀ, ਤੁਹਾਡਾ ਪਿੰਡ ਵੈਸੇ ਵੀ ਦੁਆਬੇ ਦਾ ਬਹੁਤ ਮਸ਼ਹੂਰ ਪਿੰਡ, ਬਹੁਤ ਪਿੰਡ ਹੈ, ਬੜਾ ਐਡਵਾਂਸ ਪਿੰਡ ਹੈ। 127 ਟਿੱਕਾ ਕਹਿੰਦੇ ਆ ਮਾਲਪੁਰ ਨੂੰ ਜੀ ਜੀ। ਹਾਂ, ਕਹਿਣ ਦਾ ਮਤਲਬ ਇਹ ਆ ਵੀ ਮਸ਼ਹੂਰ ਸੀਗੇ ਸਾਡੇ ਇੱਥੇ ਭਾਨੇ ਕਲੋਆਂ ਦੇ ਬੋਲਦੇ ਮਸ਼ਹੂਰ ਸੀ। ਤਾਂ ਦੇਖ ਲਓ ਬਈ, ਭਾਨਾ ਕਲੋਏ ਕੌਣ ਸੀਗੇ? ਉਹਨਾਂ ਦਾ ਗੋਦ ਕਲੋਏ ਆ ਜੱਟ ਵਾ ਜੀ। ਉਹਨਾਂ ਦੀ ਭੈਣ ਵਿਆਹ ਹੀ ਉਸੀ ਬਿਲ ਗਏ, ਉਹ ਰੋਟੀ ਲੈ ਕੇ ਗਈ, ਉਹਦਾ ਨੱਥਾਂ ਨੁੱਥਾਂ ਪਾਉਂਦੇ ਹੁੰਦੇ ਸੀ, ਉਹ ਨੱਥ ਖੂਹ 'ਚ ਡਿੱਪੇ ਹੜ ਚੱਲਦਾ ਤਾ। ਅੱਛਾ। ਉਹ ਕਹਿੰਦੀ ਨੱਥ ਡਿੱਪੇ, ਕਹਿੰਦਾ ਕਹਿੰਦੇ ਵੀ ਭਾਨੇ ਹੁਣਾਂ ਦੇ ਬਹੁਤ ਮੇਰ ਸੂ ਹੁਣਾਂ ਦੇ ਬਹੁਤ ਬਹੁਤ ਮਸ਼ਹੂਰ ਆ, ਆਪਣੇ ਭਰਾਵਾਂ ਨੂੰ ਕਿਹਾ ਤੇਰੀ ਖੂਹ 'ਚ ਨੱਥ ਕੱਢ ਦੇਣਾ, ਉਹਨੇ ਲਾਗੀ ਭੇਜ ਦਿੱਤਾ। ਇੱਥੇ ਆ ਗਿਆ ਤਾਂ ਕਿਸੇ ਨੇ ਵੀ ਪੁੱਛ ਕੇ ਦੇਖ ਲਿਓ, ਇੱਥੇ ਮਾਲ ਵੀ ਜਿਹੜਾ ਪੁਰਾਣਾ ਬੰਦਾ ਸੁਣਦੇ ਸੀ ਉਹ ਕਹਿੰਦੇ ਇੱਦਾਂ, ਕਹਿੰਦੇ ਆਹ ਗੱਲ ਹੋਈ ਆ। ਉਹ ਕਹਿੰਦਾ ਵੀ ਉਹਨਾਂ ਨੂੰ ਕਹੇ ਸੀ ਸਵੇਰ ਨੂੰ ਆਏ, ਦੇਖ ਲਓ ਇੱਥੇ ਤੜਕੇ ਨੂੰ 4 ਵਜੇ ਬਹੁਤ ਹੱਕ ਲੈ, ਗੱਲ ਮੁਕਾਓ ਵੀ 10 ਵਜੇ ਨੂੰ ਬਿਲ ਕੇ ਪਹੁੰਚ ਗਿਆ, ਕਿੱਥੇ ਬਿਲ ਗਾਇਆ, ਬਹੁਤ ਦੂਰ ਬਹੁਤ, ਯਾਨੀ ਮਸ਼ਹੂਰ ਸੀ ਇਹਨਾਂ ਦੇ। ਅੱਛਾ ਜੀ। ਉਹ ਭਰਾ ਵੀ ਦੋਵੇਂ ਮਸ਼ਹੂਰ ਸੀ, ਉਹਨਾਂ ਨੂੰ ਵੀ ਇੱਥੇ ਪੁੱਛ ਕੇ ਸਾਨੂੰ ਦੱਸੂਗੇ। ਉੱਥੇ ਜਾ ਕੇ ਉਹਨੇ ਖੂਹ ਜੋੜਤਾ, ਉਹ ਕਹਿੰਦੇ ਪਰਾਉਣੇ ਚਾਹ ਪਾਣੀ, ਕਹਿੰਦੇ ਕੁੜੀ ਦੀ ਨੱਥ ਕੱਢ ਕੇ ਪੀਂਦੇ ਹਾਂ, ਬਸ ਗੱਲ ਮੁਕਾ ਬੋਲ ਦੇ, ਕਹਿਣ ਵੀ ਸਾਨੂੰ ਪੁਰਾਣ ਨਾ ਚੱਕ ਲਈ ਪੁੱਛਿਆ ਹੁਣ ਗੱਲ ਮੁਕਾ, ਫਿਰ ਰੇਤਾ ਪਾਣੀ ਤਾਂ ਮੁਕਾ ਉੱਤਰ ਜਾਂਦੇ ਵਾ, ਰੇਤਾ ਆਉਣ ਲੱਗ ਪਿਆ, ਉਹ ਫਿਰ ਨੱਥ ਵਿੱਚ ਆ ਕੇ ਕਹਿੰਦੇ ਉਹ ਕੁੜੀ ਚੱਕ ਲਾ ਚਿੱਠੇ 'ਚ ਪਈ ਆ। ਇਹ ਮਸ਼ਹੂਰ ਗੱਲ ਵੀ ਕਲੋਆਂ 'ਤੇ ਬੋਲਦਾ ਨੇ, ਨੱਥ ਖੂਹ 'ਚੋਂ ਕੱਢ ਕੇ ਬਿਲ ਕੇ ਜਾ ਕੇ ਦੇ ਕੇ ਆਉਂਦੀ ਸੀ। ਤਾਂ ਮੈਂ ਤੁਹਾਨੂੰ ਦੱਸਦਾ ਬਈ। ਚਲੋ ਬਾਬਾ ਜੀ, ਬਹੁਤ ਵਧੀਆ ਗੱਲਾਂ ਤੁਸੀਂ ਕੀਤੀਆਂ। ਹਾਂਜੀ। ਅਤੇ ਹੁਣ ਤੁਸੀਂ ਵੀ ਕਿੰਨੇ ਕੁ ਪਿੰਡਾਂ 'ਚ ਜਾਂਦੇ ਆ? ਬਸ ਜਿਹੜਾ ਕੋਈ ਛਿੰਜੀ ਨੂੰ ਕਹੇ ਉਹਦੇ ਚੱਲ ਜਾਣਾ, ਵੀਰਵਾਰ ਨੂੰ ਉੱਥੇ ਜਾਣਾ ਚਸ਼ਮੀ, ਉਹ ਪੱਕਾ ਆ, ਪੱਕਾ ਆ, ਮੀਂਹ ਜਾਵੇ ਹਨੇਰੀ ਜਾਵੇ ਜਿੰਨਾ ਚਿਰ ਜੀਂਦਾ। ਜਿੱਦਾਂ ਤੁਸੀਂ ਛਿੰਜ 'ਤੇ ਜਾਂਦੇ ਆ, ਤੁਸੀਂ ਢੋਲ ਵਜਾਉਂਦੇ ਉੱਥੇ? ਢੋਲ ਵਜਾਉਣਾ ਢੋਲ ਸਿੱਖਿਆ ਸੀ ਕਿਸੇ ਤੋਂ? ਨਹੀਂ, ਆਪੇ ਜੱਦੀ ਪੁਸ਼ਤੀ ਤੁਹਾਡੇ ਆਪ ਉਹ ਵਜਾਉਂਦੇ ਹੈਗੇ। ਹੁਣ ਮੇਰਾ ਪੋਤਾ ਆ ਉਹ ਵੀ ਵਜਾਉਂਦਾ, ਮੁੰਡਾ ਉਹ ਵੀ, ਆ ਜਿਹੜਾ ਛੋਟਾ ਗਿਆ ਨਿੱਕਾ, ਆ ਇਹ ਵੀ ਲਾਪਨ, ਉਹ ਇੱਦਾਂ ਹੀ ਕਹਾ ਢੋਲ ਪਿਆ ਇੱਕ ਉੱਪਰ ਪਿਆ। ਅੱਛਾ। ਇਹ ਢੋਲ ਹੁਣ ਕਿੱਥੋਂ ਲੈਂਦੇ ਆ? ਇਹ ਸਾਡੇ ਕੋਲ ਪਹਿਲਾਂ ਹੀ ਆ, ਇਹ 47 ਤੋਂ ਪਹਿਲਾਂ ਦੇ ਆ? ਪਹਿਲਾਂ ਦੇ ਹੀ ਆ। ਤਾਂ ਜਦੋਂ ਫਿਰ ਇਹਨਾਂ ਦੀ ਲੋੜ ਪੈਂਦੀ ਆ ਮੁਰੰਮਤ ਦੀ, ਉਹ ਕਿੱਥੋਂ ਕਰਾਉਂਦੇ ਆ? ਅਸੀਂ ਇੱਥੇ ਹੁਸ਼ਿਆਰਪੁਰੋਂ ਕਰਾ ਲਾ, ਭਾਰਟਿਓਂ ਕਰਾ ਲਾ, ਮੰਗਿਆ ਤਾਂ ਕਰਾ ਲਓ। ਹੁਸ਼ਿਆਰਪੁਰ ਜਿਹੜੀ ਉਹ ਘੰਟਾ ਘਰ ਤੋਂ ਵਿੱਚ ਨੂੰ ਜਾ ਕੇ ਗਲੀ ਆ, ਵਿੱਚ ਨੂੰ ਜਾਂਦੀਆਂ, ਇੱਕ ਇੱਧਰ ਵਾ ਇੱਕ ਇੱਧਰ ਵਾ, ਸਰਦਾਰ ਹੈ ਆਹੋ, ਇੱਧਰ ਨੂੰ ਸਰਦਾਰ ਵਾ, ਉਹ ਸਰਦਾਰ ਸਾਡੇ ਪਿੰਡ ਦੇ ਆ ਆਹੋ, ਉਹਦੇ ਹੁਣ ਇਹ ਪਲਾਟ ਕੋਲ ਲੈ ਦੀ ਆ, ਇਹ ਮੇਰਾ ਕੋਟਮ ਦਾ ਮੁੰਡਾ ਆ, ਉਹ ਮਾਰ ਦਿੰਦਾ ਲੋੜ ਹੋਵੇ ਤਾਂ ਉਹਨਾਂ ਨੂੰ ਭੇਜ ਦੇਈਦਾ, ਉਹਨੇ ਮਾਰ ਲਿਆਣਾ ਲਿਆ ਕੇ ਪਾ ਦੇਣਾ। ਅੱਛਾ ਅੱਛਾ ਅੱਛਾ। ਇੱਦਾਂ ਜਦੋਂ ਛਿੰਜ 'ਤੇ ਜਾਂਦੇ ਆ ਕਿੰਨੇ ਕੁ ਰੁਪਏ ਹੋ ਜਾਂਦੇ? ਦੇਖੋ ਜੀ, ਬਥੇਰੇ ਬਣ ਜਾਂਦੇ, ਬਣ ਜਾਂਦੇ। ਚਲੋ ਐਵੇਂ ਦੇਖੋ ਜੀ, ਖਾ ਕੇ ਕਹਿੰਦੇ ਹੁੰਦੇ ਆਰਾਮ ਕਰੇ, ਜੋ ਇੱਕ ਗੱਲ ਮੈਂ ਕਰਨਾ, ਮੈਨੂੰ ਅਗਲੇ ਕਹਿੰਦੇ ਜੀ ਢੋਲ ਲੈ ਕੇ ਆਉਣਾ ਸੀ, ਚੌਲਾਂ ਦੀ ਦੇਗ ਵੀ ਦੇਣੀ ਆ, ਤੁਸੀਂ ਦੁਆ ਕਰਿਓ, ਟਾਰ ਕਰਿਓ, ਸ਼ੇਖ ਜੀ ਵੀ ਸਾਨੂੰ ਦੱਸੋ ਪੈਸੇ ਕਿੰਨੇ ਲੈਣੇ। ਮੈਂ ਕਹਿਣਾ ਜੋ ਮੇਰੇ ਮੁਕੱਦਰਾਂ 'ਚ ਮੈਨੂੰ ਮਿਲ ਜਾਣਾ, ਮੈਂ ਪੀਰ ਨੂੰ ਮੁੱਲ ਵੇਚ ਕੇ ਨਹੀਂ ਕਦੇ ਗਿਆ।